कर जब पहलो मंत मनार से जय मत से जय कंत मनावई कचहरियां सच्चे पातशाह ने झूठियां कीतियां
इस गल मुख रख के अंग्रेज ते अगे इस शहर के असी किसे तरह इन्हां नूं थोड़ा जिहा काबू करिए। उन्हां नूं शक पा दित्ती गई सी कि यह गुरु गोबिंद सिंह पातशाह वाली लहर जिदा मुगलिया सल्तनत का खात्मा करता सी गुरु गोबिंद सिंह ने, इदा ही थोड़ी सल्तनत उन्हें खत्म कर देगा। जिहड़ी सौ साखी सतगुरु राम सिंह पातशाह दे प्रथाए गुरु गोबिंद सिंह पातशाह ने उच्चारण की सी, अगे चल के प्रसंग आएगा। उस सौ साखी नूं उन्हां ने पढ़ाया। कोई भी हकूमत हरेक तरह के विद्वान हरेक बोली दे जाणू वो पहले खरीदती है जिस मुल्क जाती है, वो उस मुल्क की कल सभ्यता नूं उहदे कल्चर नूं चंगी तरह वाचदी है, चंगी तरह कोखदी है कि कित्थों ये जेर हो सकते हैं, कित्थों ये गुलाम हो सकते हैं, किस तरह इन्हां ते हमला किया जाए तां ये मर सकते हैं इस चीज नूं। जिस तरह कदे औरंगजेब बादशाह दी लड़की ज़ेबुल निशाह ने कहा सी कि तू कुछ तो खून जो करदा है रोज दे इन्ने खून करदा है, लोगों का जिया घात करना, मैनू तू 2.5 लाख रुपया दे, मैं तेन हूं हिंदू जाति खत्म करके दस देनी। अच्छा, उन्हें 2.5 लाख रुपया उसने दिता। उसने काशी के पंडित सदे वड्डे विद्वान जिन्होंने संस्कृत दे विच सलोक कढ़ के जिदा हुण साडे इतिहासां दे विच काफी हेरा फेरी कर दिती है, उन्होंने भन तोड़ दिता। उन्होंने संस्कृत दे सलोक ऐसे लिख दिते कि जिस पिता दे घर लड़की उसकी कन्या रितुवंती हो जाए वो पिता वो नरकां नूं जाएगा। चलो, उहदी कोई म्याद नहीं, 10 साल की उम्र च हो जाए, 12 की हो जाए, 14 च हो जाए, बस फिर दौड़ लग गई इस पासे नूं, बाल विवाह शुरू होने लग पे और फिर संतान जिहड़ी सी ਉਹ ਕਮਜ਼ੋਰ ਪੈਦਾ ਹੋਣ ਲੱਗ ਪਈ, ਉਹ ਸਭਿਅਤਾ ਖਤਮ ਹੋ ਗਈ। ਇਸ ਤਰ੍ਹਾਂ ਜਿਹੜਾ ਅੰਗਰੇਜ਼ ਸੀ ਉਸ ਨੇ ਇਸ ਨੂੰ ਸੌ ਸਾਖੀ ਨੂੰ ਜਨਮ ਸਾਖੀ ਨੂੰ ਇਸ ਤਰ੍ਹਾਂ ਦੇ ਉਹਨੇ ਪੁਸਤਕ ਜਿਹੜੇ ਸੀ ਉਹ ਵਿਦਵਾਨਾਂ ਪਾਸੋਂ ਗਿਆਨੀਆਂ ਪਾਸੋਂ ਪੜ੍ਹਾਏ ਸੁਣੇ ਸਮਝੇ। ਸੌ ਸਾਖੀ ਦੇ ਵਿੱਚ ਅੰਗਰੇਜ਼ ਦੇ ਵਾਸਤੇ ਸਤਿਗੁਰੂ ਜੀ ਨੇ ਲਿਖਿਆ ਸੀ ਕਿ 100 ਸਾਲ ਇਹਨਾਂ ਦਾ ਰਾਜ ਹੋਏਗਾ। ਤੇਜ ਮੋਹਣੀਆਂ ਸਾਥ ਲਓ ਦੋ ਪਰ ਰੌੜ ਸਰੂਰ, ਮੋਹਣੀਆਂ ਲਿਖਿਆ ਇਹਨਾਂ ਨੂੰ ਕਿਉਂਕਿ ਮੋਹਣੀ ਮੂਰਤ ਇਹਨਾਂ ਦੀ ਹੈ ਜਰਾ। ਤੇ ਉਹ ਸਤਿਗੁਰੂ ਜੀ ਕਹਿੰਦੇ ਹਨ ਭਈ 100 ਸਾਲ ਇਹ ਰਾਜ ਕਰਨਗੇ ਤੇ 2 ਸਾਲ ਬਾਅਦ ਰੌਲਾ ਪੈ ਜਾਏਗਾ। 1900 ਦੇ ਵਿੱਚ ਲਾਹੌਰ ਮਾਰੀ ਤੇ 2002 ਦੇ ਵਿੱਚ ਰੌਲਾ ਪੈ ਗਿਆ ਤੇ ਉਹਨਾਂ ਨੇ ਉਹ ਸਾਰੀ ਚੀਜ਼ ਹੁੰਦੀ ਦੇਖੀ ਫਰੰਗੀਆਂ ਬਾਰੇ, ਉਹਦੇ ਵਿੱਚ ਐਨ ਖੋਲ ਖੋਲ ਕੇ ਬਿਆਨ ਲਿਖੇ ਹੋਏ, ਉਹਨਾਂ ਨੇ ਉਹ ਜ਼ਬਤ ਕਰ ਲਈ ਔਰ ਉਹਦੀਆਂ ਨਕਲਾਂ ਕਰਕੇ ਗਲਤ ਜਿਹੜੀ ਸੀ ਜਿੱਥੇ ਰਾਮ ਸਿੰਘ ਲਫ਼ਜ਼ ਸੀ ਉੱਥੇ ਮਾਰ ਸਿੰਘ ਕਰ ਦਿੱਤਾ ਔਰ ਉਸ ਚੀਜ਼ ਨੂੰ ਰਾਮ ਸਿੰਘ ਉੱਠ ਨੀਚੰਦ ਗਰਾ ਲਿਖ ਦਿੱਤਾ ਤੇ ਉਹ ਇਸ ਤਰ੍ਹਾਂ ਦੀਆਂ ਪੰਕਤੀਆਂ ਗਲਤ ਕਰਕੇ ਪਾ ਕੇ, ਕਿਉਂਕਿ ਉਹਦੇ ਸਪਸ਼ਟ ਲਫ਼ਜ਼ਾਂ 'ਚ ਲਿਖਿਆ ਸੀ ਰਾਮ ਸਿੰਘ ਮੇਰੋ ਹੋਏ ਨਾਮਾ ਵਾਢੀ ਸੁੱਧ ਭੈਣੀ ਕੋ ਤਾਮਾ। ਅੱਗੇ ਚੱਲ ਕੇ ਮੈਂ ਅਰਜ ਕਰਾਂਗਾ ਕਿ ਮੁਖਬਰਾਂ ਨੇ ਕਿਸ ਤਰ੍ਹਾਂ ਮਨੋਂ ਘੜ ਘੜ ਕੇ ਚਿੱਠੀਆਂ ਸਤਿਗੁਰੂ ਰਾਮ ਸਿੰਘ ਵੱਲੋਂ ਉਹ ਜਾ ਕੇ ਅੰਗਰੇਜ਼ ਦੇ ਕੰਨ ਭਰਨ ਵਾਸਤੇ ਦਿੱਤੀਆਂ ਕਿ ਦੇਖੋ ਇਹਨਾਂ ਨੂੰ ਇਹਨਾਂ ਦੇ ਗੁਰੂਆਂ ਨੇ ਆਹ ਲਿਖਿਆ ਆ। ਗੁਰੂ ਰਾਮ ਸਿੰਘ ਬਾਰੇ ਅੰਗਰੇਜ਼ ਦੇ ਰਿਕਾਰਡ 'ਚ ਇਹ ਆ ਕਿ ਉਹ ਇੱਕ ਮੁਖਬਰ ਲਿਖਦਾ ਕਿ ਗੁਰੂ ਰਾਮ ਸਿੰਘ ਨੂੰ ਰੋਜ਼ ਰਾਤ ਨੂੰ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਹੁੰਦੇ ਆ, ਜੋ ਹੁਕਮ ਕਰਦਾ ਉਹ ਗਾਂਹੇ ਸਿੱਖਾਂ ਨੂੰ ਹੁਕਮ ਕਰਦਾ ਔਰ ਉਹਨਾਂ ਨੂੰ ਪੱਕਾ ਯਕੀਨ ਸੀ ਵੀ ਇਹ ਸਾਡਾ ਖਾਤਮਾ ਕਰ ਦੇਗਾ। ਸੋ ਅੰਗਰੇਜ਼ ਇਸ ਸ਼ਹਿਰ ਦੇ ਵਿੱਚ ਸੀ ਕਿ ਮੈਂ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨੂੰ ਥੋੜ੍ਹਾ ਜਿਹਾ ਕਾਬੂ ਕਰਾਂ। ਹੁਣ ਸੱਚੇ ਪਾਤਸ਼ਾਹ ਸਤਿਗੁਰੂ ਰਾਮ ਸਿੰਘ ਪਾਤਸ਼ਾਹ ਨੇ ਆਨੰਦ ਦੀ ਮਰਿਆਦਾ ਜਿਹੜੀ ਸੰਨ 1863 3 ਜੂਨ ਨੂੰ ਸੱਚੇ ਪਾਤਸ਼ਾਹ ਜੀ ਨੇ ਮਰਿਆਦਾ ਕਾਇਮ ਜਿਸ ਵੇਲੇ ਕੀਤੀ ਤੇ ਫਿਰ ਅੰਗਰੇਜ਼ ਨੇ ਤਾਂ ਉਹ ਤਾਂ ਤਾਰਦਾ ਹੀ ਸੀ। ਬ੍ਰਾਹਮਣਾਂ ਨੇ ਜਿਸ ਵੇਲੇ ਜਾ ਕੇ ਸਤਿਗੁਰਾਂ ਦੇ ਉੱਤੇ ਕੇਸ ਕੀਤਾ ਤੇ ਸਤਿਗੁਰੂ ਪਾਤਸ਼ਾਹ ਜੀ ਨੂੰ ਨਜ਼ਰਬੰਦ ਕਰਕੇ ਸ੍ਰੀ ਭੈਣੀ ਸਾਹਿਬ ਲੈ ਆਂਦਾ ਤੇ ਹੁਕਮ ਹੋਇਆ ਕਿ ਤੁਸੀਂ ਬਾਹਰ ਦੌਰਾ ਕਰਨ ਨਹੀਂ ਜਾ ਸਕਦੇ ਫਿਰੋਜ਼ਪੁਰ ਦੇ ਇਲਾਕੇ 'ਚ, ਖਾਸ ਕਰਕੇ ਤੁਸੀਂ ਬਿਲਕੁਲ ਕੋਈ ਦੀਵਾਨ ਜਾਂ ਕੋਈ ਤੁਹਾਡਾ ਸਮਾਗਮ ਨਹੀਂ ਹੋ ਸਕਦਾ। ਪਾਬੰਦੀ ਲਾ ਦਿੱਤੀ ਤੇ ਸਤਿਗੁਰੂ ਜੀ ਨੂੰ ਰੋਜ਼ ਲੁਧਿਆਣੇ ਆ ਕੇ ਪੇਸ਼ੀ ਭੁਗਤਣੀ ਪੈਂਦੀ ਹੈ। 28 ਦਿਨ, ਇੱਕ ਦਿਨ ਨਹੀਂ, 28 ਦਿਨ ਲਗਾਤਾਰ ਸੱਚੇ ਪਾਤਸ਼ਾਹ ਸਤਿਗੁਰੂ ਰਾਮ ਸਿੰਘ ਜੀ ਲੁਧਿਆਣੇ ਕਚਹਿਰੀ ਵਿੱਚ ਆ ਕੇ ਇਸ ਕੇਸ ਨੂੰ ਭੁਗਤਦੇ ਰਹੇ ਆਨੰਦ ਦੀ ਮਰਿਆਦਾ ਨੂੰ। ਜਿਹੜੇ ਲੋਕ ਹੁਣ ਮੈਂ ਦੱਸਾਂਗਾ, ਅਰਜ਼ ਕਰਾਂਗਾ, ਜਿਹੜੇ ਲੋਕ ਕਹਿੰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ, ਹੁਣ ਦੇ ਇਤਿਹਾਸਕਾਰਾਂ ਨੇ ਲਿਖ ਦਿੱਤਾ ਲਓ ਜੀ ਉਹ ਸੁੰਦਰੀ ਦਾ ਆਨੰਦ ਹੋਇਆ, ਫਲਾਣੇ ਦਾ ਆਨੰਦ ਹੋਇਆ, ਉਹ ਗੁਰਮਤ ਅਨੁਸਾਰ ਆਨੰਦ ਕੀਤਾ। ਉਦੋਂ ਵਿਆਹ ਕਰਨ ਦੀ ਕਿਸੇ ਨੂੰ ਕੋਈ ਇਜਾਜ਼ਤ ਨਹੀਂ ਸੀ ਔਰ ਸਨਾਤਨ ਮਤ ਦੇ ਅਨੁਸਾਰ ਪੰਡਿਤ ਬ੍ਰਾਹਮਣ ਜਿਹੜੇ ਸੀ ਚਮਾਰਾਂ ਦੇ, ਚੂੜਿਆਂ ਦੇ ਤੇ ਸਾਡੇ ਸਿੱਖਾਂ ਦੇ ਸਾਰਿਆਂ ਦੇ ਆਨੰਦ ਉਹ ਕਰਦੇ ਸੀ। ਸਿਰਫ ਮੁਸਲਮਾਨ ਆਪਣਾ ਵਿਆਹ ਕਰਦੇ ਸੀ ਜਾਂ ਇਹ ਲੋਕ ਜਿਹੜੇ ਈਸਾਈ ਸੀ ਉਹ ਆਪਣੀ ਰੀਤੀ ਨਾਲ ਕਰਦੇ ਸੀ ਤੇ ਸਾਡੇ ਸਾਰੀਆਂ ਜਿੰਨੀਆਂ ਕੌਮਾਂ ਸੀ ਇਹਨਾਂ ਦੇ ਸਾਰੇ ਪੰਡਿਤ ਬ੍ਰਾਹਮਣ ਕਰਦੇ ਸੀ ਵਿਆਹ। ਗੁਰੂ ਰਾਮ ਸਿੰਘ ਪਾਤਸ਼ਾਹ ਦਾ ਵਿਆਹ ਆਪਣਾ ਜਿਹੜਾ ਸੀ
ਉਹ ਸਨਾਤਨ ਰੀਤੀ ਨਾਲ ਪੰਡਤਾਂ ਨੇ ਕੀਤਾ। ਸਤਿਗੁਰੂ ਹਰੀ ਸਿੰਘ ਪਾਤਸ਼ਾਹ ਜੀ ਦਾ ਪਹਿਲਾ ਆਨੰਦ ਜਿਹੜਾ ਸੀ ਉਹ ਬ੍ਰਾਹਮਣਾਂ ਦੀ ਰੀਤੀ ਦੇ ਨਾਲ ਹੋਇਆ। ਸਤਿਗੁਰੂ ਰਾਮ ਸਿੰਘ ਜੀ ਨੇ ਜਿਸ ਵੇਲੇ ਮਰਯਾਦਾ ਕਾਇਮ ਕੀਤੀ ਤੇ ਬਸ ਵਾਹਵੀਲਾ ਹੋਇਆ, ਰੋਜ਼ ਪੇਸ਼ੀ ਭੁਗਤਣ ਜਾਂਦੇ ਹਨ ਤੇ ਸਿੱਖ ਭਜਨ ਬੰਦਗੀ ਕਰਦੇ ਹਨ, ਅਰਦਾਸਾਂ ਕਰਦੇ ਹਨ ਕਿ ਸੱਚੇ ਪਾਤਸ਼ਾਹ ਅਕਾਲ ਪੁਰਖ ਇਸ ਚੀਜ਼ ਨੂੰ ਕਾਮਯਾਬੀ ਬਖਸ਼ੇ। 28ਵੇਂ ਦਿਨ ਜਾ ਕੇ ਸਤਿਗੁਰੂ ਰਾਮ ਸਿੰਘ ਦੇ ਹੱਕ ਦੇ ਵਿੱਚ ਉਹ ਫੈਸਲਾ ਹੋਇਆ ਕਿ ਤੁਸੀਂ ਆਪਣੇ ਵਿਆਹ ਕਰ ਸਕਦੇ ਹੋ। ਉਸ ਦਿਨ ਤੋਂ ਇਸ ਕੇਸ ਦਾ ਖਾਤਮਾ ਕਰਕੇ ਅੰਗਰੇਜ਼ ਨੇ ਪਾਬੰਦੀ ਲਾ ਦਿੱਤੀ, ਸਤਿਗੁਰੂ ਰਾਮ ਸਿੰਘ ਜੀ ਨੂੰ ਨਜ਼ਰਬੰਦ ਕਰਤਾ ਸ੍ਰੀ ਭੈਣੀ ਸਾਹਿਬ, ਔਰ ਕਿਹਾ ਕਿ ਤੁਸੀਂ ਬਗੈਰ ਇਜਾਜ਼ਤ ਤੋਂ ਭੈਣੀ ਸਾਹਿਬ ਦੀ ਹਦੂਦ ਤੋਂ ਬਾਹਰ ਨਹੀਂ ਜਾ ਸਕਦੇ, ਕਿਉਂਕਿ ਸਤਿਗੁਰਾਂ ਦੇ ਪ੍ਰਚਾਰ ਨੇ ਐਸਾ ਅਸਰ ਕੀਤਾ, ਜਿਹੜੇ ਵੱਡੇ ਵੱਡੇ ਰਾਈਸ ਵੱਡੇ ਵੱਡੇ ਸਰਦਾਰ ਸੀ, ਅਜੇ ਨੇੜੇ ਹੀ ਥੋੜ੍ਹਾ ਟਾਈਮ ਹੋਇਆ ਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਸਿੱਖੀ ਨੂੰ ਅਲੋਪ ਹੋਇਆ ਨੂੰ, ਉਹ ਮੁੜ ਕੇ ਛੇਤੀ ਜਾਗ ਪਏ। ਬਹੁਤ ਘਰਾਣੇ ਜਿਹੜੇ ਸੀ ਉੱਚੇ ਉੱਚੇ ਘਰਾਣੇ, ਉਹ ਨਾਮਧਾਰੀ ਬਣ ਗਏ। ਉਸ ਨੂੰ ਤੌਖਲਾ ਪੈ ਗਿਆ ਕਿ ਜੇ ਇਸ ਨੂੰ ਨਜ਼ਰਬੰਦ ਨਾ ਕੀਤਾ ਤੇ ਇਹ ਬਹੁਤ ਸਾਰਾ ਕੁਛ ਕਰ ਦੇਗਾ। ਉਹ ਵਿਆਹ ਦੀ ਜਿਹੜੀ ਰੀਤੀ ਸਤਿਗੁਰਾਂ ਨੇ ਕਾਇਮ ਕੀਤੀ ਆਨੰਦ ਦੀ, ਉਸ ਰੀਤੀ ਬਾਰੇ ਜਦੋਂ ਦਿੱਲੀ ਵਾਇਸ ਰਾਏ ਦੇ ਕੌਂਸਲ ਦੇ ਵਿੱਚ ਇਹ ਚੀਜ਼ ਦੀ ਬਾਤ ਚੱਲੀ ਭਈ ਸਿੱਖਾਂ ਦੇ ਉੱਤੇ ਕਿਸੇ ਨੇ ਅਟੈਕ ਕੀਤਾ, ਲੀਡਰ ਵਿੱਚ ਇੱਕ ਦੂਜੇ ਉੱਤੇ ਚਿੱਕੜ ਸਿੱਟ ਦਿੰਦੇ, ਉਹ ਕਹਿੰਦੇ ਤੁਸੀਂ ਤੇ ਆਪਣੀ ਰੀਤੀ ਵਿਆਹ ਨਹੀਂ ਤੁਸੀਂ ਕਰ ਸਕਦੇ, ਉਹਨੇ ਤਾਂ ਬਹੁਤ ਅਪਸ਼ਬਦ ਵਰਤੇ, ਮੈਂ ਉਸ ਸੰਗਤ 'ਚ ਨਹੀਂ ਵਰਤ ਸਕਦਾ, ਤੇ ਕਿਹਾ ਕਿ ਤੁਸੀਂ ਆਪਣੇ ਵਿਆਹ ਨਹੀਂ ਆਪ ਕਰ ਸਕਦੇ, ਤੁਸੀਂ ਆਕੜ ਆਕੜ ਗੱਲਾਂ ਬੜੀਆਂ ਕਰਦੇ ਹੋ। ਉਹ ਕਹਿੰਦੇ ਨਹੀਂ ਜੀ, ਵਿਆਹ ਤਾਂ ਅਸੀਂ ਆਪਣੀ ਰੀਤੀ ਨਾਲ ਕਰਦੇ ਹਾਂ। ਉਹ ਕਹਿੰਦੇ ਦਿਖਾਲੋ ਕਿ ਤੁਹਾਡੇ ਕਿਸੇ ਗੁਰੂ ਨੇ ਕੀਤਾ ਹੈ, ਕਿਸੇ ਇਤਿਹਾਸ 'ਚੋਂ ਕਿਸੇ ਤਵਾਰੀਖ 'ਚੋਂ ਇਸ ਚੀਜ਼ ਦੀ ਨਕਲ। ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਬਖਸ਼ਿਸ਼ ਦੇ ਨਾਲ ਸ੍ਰੀ ਭੈਣੀ ਸਾਹਿਬ ਹੁਣ ਵੀ ਮੌਜੂਦ ਹੈ, ਤੇ ਮਹਾਰਾਜਾ ਰਿਪਦਮਨ ਸਿੰਘ ਜਿਹੜਾ ਨਾਭੇ ਦਾ ਮਹਾਰਾਜਾ ਸੀ ਉਸ ਵੇਲੇ ਇਹ ਕੌਂਸਲ ਦੇ ਵਿੱਚ ਸੀ, ਤੇ ਫਿਰ ਦੌੜ ਭੱਜ ਹੋਈ, ਪਤਾ ਕਰੋ ਪਤਾ, ਇਹਨਾਂ ਦਾ ਪਤਾ ਸੀ ਕਿ ਗੁਰੂ ਰਾਮ ਸਿੰਘ ਪਾਤਸ਼ਾਹ ਨੇ ਸੰਨ 1863 ਈਸਵੀ ਦੇ ਵਿੱਚ ਇਹ ਮਰਯਾਦਾ ਆਨੰਦ ਦੀ ਕਾਇਮ ਕੀਤੀ। ਫਿਰ ਦੌੜੇ ਇੱਧਰ ਨੂੰ, ਕਹਿਣ ਲੱਗੇ ਸੀ ਉਹ ਕਹਿੰਦੇ ਕੋਈ ਜਿੱਥੇ ਤੁਹਾਡੇ ਗੁਰੂ ਨੇ ਕੀਤਾ ਕੋਈ ਉਹ ਲਿਆ ਕੇ ਸਾਨੂੰ ਦਿਖਾਓ ਉਹਦਾ ਸਬੂਤ। ਤੇ ਫਿਰ ਸਤਿਗੁਰਾਂ ਦੇ ਪਾਸੋਂ ਸਤਿਗੁਰੂ ਪ੍ਰਤਾਪ ਸਿੰਘ ਜੀ ਉਸ ਵੇਲੇ ਗੱਦੀ ਤੇ ਬਿਰਾਜਮਾਨ ਸਨ, ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਪਾਸੋਂ ਉਹ ਮੁਕੱਦਮੇ ਦੀ ਨਕਲ ਜਿਹੜੀ ਸਤਿਗੁਰੂ ਰਾਮ ਸਿੰਘ ਪਾਤਸ਼ਾਹ ਜੀ ਨੇ ਉੱਥੇ ਜਿੱਤੀ ਸੀ ਉਹ ਲੈ ਕੇ ਗਏ। ਆਨੰਦ ਮੈਰਿਜ ਬਿੱਲ ਉੱਥੇ ਪਾਸ ਹੋਇਆ ਔਰ ਉਹ ਵਾਇਸ ਰਾਏ ਨੇ ਫਿਰ ਮਨਜ਼ੂਰ ਕੀਤਾ ਵੀ ਹਾਂ, ਉਸ ਵੇਲੇ ਭਾਰੀ ਬਣਦੀ ਨੂੰ ਜਿਹੜੇ ਰਾਮ ਗੁਰੂ ਰਾਮ ਸਿੰਘ ਨੂੰ ਗੁਰੂ ਨਹੀਂ ਸੀ ਮੰਨਦੇ, ਉਹਨਾਂ ਨੂੰ ਫਿਰ ਉਸ ਵੇਲੇ ਗੁਰੂ ਮੰਨਣਾ ਪਿਆ ਔਰ ਉਹਨਾਂ ਨੇ ਆਪਣੀ ਉੱਥੇ ਪਿੱਠ ਲੱਗਦੀ ਦੇਖ ਕੇ ਸਤਿਗੁਰੂ ਰਾਮ ਸਿੰਘ ਪਾਤਸ਼ਾਹ ਨੇ ਜਿਹੜਾ ਮੁਕੱਦਮਾ ਜਿੱਤਿਆ ਸੀ ਨਾ ਉਹ ਲਿਜਾ ਕੇ ਨਕਲ ਦਿਖਾਲੀ। ਆਨੰਦ ਹੋਣ ਲੱਗੇ, ਦੂਸਰੀਆਂ ਸੰਪਰਦਾਵਾਂ ਨੇ ਵੀ ਥੋੜ੍ਹਾ ਬਹੁਤਾ ਇਸ ਦੀ ਰੀਸ ਕੀਤੀ। ਮੇਰੇ ਚਸ਼ਮਦੀਦ ਵਾਕਿਆ ਕਿ ਪਹਿਲਾਂ ਹਮਨ ਵੀ ਹੁੰਦਾ ਸੀ, ਬੇਦੀ ਹੁੰਦੀ ਸੀ ਪਿੰਡਾਂ ਦੇ ਵਿੱਚ ਔਰ ਉਹ ਕਿਸੇ ਰਾਮਗੜੀਏ ਦੇ ਘਰ ਇੱਕ ਦੇ ਬੇਦੀ ਹੁੰਦੀ ਸੀ, ਉਹ ਹਰੇਕ ਦੇ ਘਰ ਵਿਆਹ ਦੇ ਵੇਲੇ ਬੇਦੀ ਵੀ ਗੜਦੇ ਸਨ ਔਰ ਇਸੇ ਤਰ੍ਹਾਂ ਥੋੜ੍ਹਾ ਜਿਹਾ ਅੱਗ ਬਾਲ ਕੇ ਕੁਛ ਥੋੜ੍ਹਾ ਘਿਓ ਦੀਆਂ ਵੀ ਚਾਰ ਕੜਛੀਆਂ ਪਾਉਂਦੇ ਸੀ। ਹੌਲੀ 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 ਗਾਂ ਅਗਲੀ ਨਸਲ ਜਿਹੜੀ ਆਈ ਉਹਨਾਂ ਨੇ ਕਿਹਾ ਅਸੀਂ ਤੇ ਸਨਾਤਨ ਰੀਤੀ ਦੇ ਨਾਲ ਮਿਲਦੇ ਜਾਂਦੇ ਹਾਂ, ਅਸੀਂ ਤਾਂ ਸਿੱਖ ਬਿਲਕੁਲ ਅਲੈਦਾ, ਹੁਣ ਤੇ ਜੋਤ ਜਗਾਉਣੀ ਬੰਦ ਕਰ ਦਿੱਤੀ, ਦੇਸ਼ ਜਿਹੜੇ ਅਖੰਡ ਪਾਠ ਹੁੰਦੇ ਉਹਨਾਂ ਦੇ ਜੋਤ ਨਹੀਂ ਜਗਾਉਂਦੇ। ਕਹਿੰਦੇ ਜੋਤ ਜਿਹੜੀ ਹਿੰਦੂ ਮਤ ਦੀ ਇੱਕ ਰੀਤੀ ਹੈ, ਇਹ ਜੋਤ ਦਾ ਕੀ ਮਤਲਬ ਹੈ, ਤੇ ਉਸੇ ਤਰ੍ਹਾਂ ਹੀ ਪਾਠ ਕਰਨਾ ਸ਼ੁਰੂ ਕਰੋ। ਤੇ ਇਹ ਅਖੰਡ ਪਾਠ ਦੀ ਮੈਂ ਅੱਗੇ ਚੱਲ ਕੇ ਅਰਜ ਕਰਾਂਗਾ। ਸਤਿਗੁਰੂ ਰਾਮ ਸਿੰਘ ਪਾਤਸ਼ਾਹ ਜੀ ਨੇ ਇਹ ਮਰਯਾਦਾ ਚਲਾਈ ਔਰ ਸਤਿਗੁਰਾਂ ਨੂੰ ਕਰ ਦਿੱਤਾ ਨਜ਼ਰਬੰਦ। ਸਤਿਗੁਰਾਂ ਨੇ ਹੁਣ ਸੋਚਿਆ, ਪ੍ਰੋਗਰਾਮ ਬਣਾਇਆ ਕਿ ਇਹ ਜਿਹੜਾ ਮਿਸ਼ਨ ਹੈ ਇਹਨੂੰ ਪ੍ਰਚਾਰ ਕਰਨ ਦੇ ਵਾਸਤੇ ਪ੍ਰੋਗਰਾਮ ਹੋਰ ਉਲੀਕ ਲਿਆ। ਸੱਚੇ ਪਾਤਸ਼ਾਹ ਜੀ ਨੇ ਬਾਬਾ ਜਵਾਹਰ ਸਿੰਘ, ਬਾਬਾ ਸਾਹਿਬ ਸਿੰਘ, ਬਾਬਾ ਲੱਖਾ ਸਿੰਘ ਤੇ ਬਾਬਾ ਕਾਨ ਸਿੰਘ ਤੇ ਬਾਬਾ ਸੁੱਧ ਸਿੰਘ, ਇਹ ਪੰਜ ਸੂਬੇ ਸੱਚੇ ਪਾਤਸ਼ਾਹ ਜੀ ਨੇ ਕਾਇਮ ਕੀਤੇ ਔਰ ਇਹਨਾਂ ਨੂੰ ਉਪਦੇਸ਼ ਦੇਣ ਦੇ ਵਾਸਤੇ ਬਖਸ਼ਿਸ਼ ਕੀਤੀ ਔਰ ਇਹਨਾਂ ਨੂੰ ਹੁਕਮ ਹੋਇਆ ਕਿ ਤੁਸੀਂ ਉਦੋਂ ਤੱਕ ਇਸ ਟਾਈਮ ਤੱਕ ਕਿਸੇ ਸਿੱਖ ਨੂੰ ਭਜਨ ਦੱਸਣ ਦਾ ਅਜੇ ਹੁਕਮ ਨਹੀਂ ਸੀ। ਸੱਚੇ ਪਾਤਸ਼ਾਹ ਸਤਿਗੁਰੂ ਰਾਮ ਸਿੰਘ ਜੀ ਆਪ ਭਜਨ ਦੱਸਦੇ ਸਨ। ਜਿਸ ਵੇਲੇ ਨਜ਼ਰਬੰਦੀ ਦੀ ਹਾਲਤ ਦੇ ਵਿੱਚ ਸਤਿਗੁਰਾਂ ਨੇ ਫਿਰ ਇਹਨਾਂ ਸੂਬਿਆਂ ਨੂੰ ਹੁਕਮ ਲਾਇਆ ਕਿ ਤੁਸੀਂ ਪ੍ਰਚਾਰ ਕਰੋ ਔਰ ਤੁਸੀਂ ਭਜਨ ਦੱਸੋ ਤੇ ਤੁਸੀਂ ਪ੍ਰਚਾਰ ਕਰੋ ਗੁਰਸਿੱਖੀ ਦਾ। ਜਿਸ ਤਰ੍ਹਾਂ ਗਿਆਨੀ ਗਿਆਨ ਸਿੰਘ ਜੀ ਨੇ ਵੀ ਲਿਖਿਆ ਨਾ, ਅੱਗੇ ਚੱਲ ਕੇ ਆਏਗਾ ਪ੍ਰਸੰਗ ਕਿ ਤਿੰਨ ਸੂਬੇ ਕੀਨੇ ਬਾਈ ਅਕਬਰ ਸ਼ਾਹ ਨਿਆਈ, ਤਿੰਨ ਕੀ ਜ਼ਬਾਨ ਮੇ ਤਸੀਰ ਥਾਈ ਵੈਸੀ। ਹੁਣ ਸਤਿਗੁਰੂ ਦਾ ਹੁਕਮ ਮਾਲਕ ਹੈ, ਜਿਹੜਾ ਮਾਲਕ ਹੈ ਹੱਟੀ ਦਾ, ਨਾਮ ਦੀ ਹੱਟੀ ਦਾ ਮਾਲਕ ਹੈ, ਉਸਨੇ ਅੱਗੇ ਆਪਣੇ ਨੌਕਰ ਰੱਖ ਲਿਆ ਕਿਉਂਕਿ ਕੰਮ ਵੱਧ ਗਿਆ, ਹੁਣ ਗਾਹਕ ਜ਼ਿਆਦਾ ਵੱਧ ਗਏ ਹਨ
ਤੇ ਉਹਨੇ ਹੁਕਮ ਕਰ ਦਿੱਤਾ ਕਿ ਤੁਸੀਂ ਵੀ ਇਹ ਸੌਦਾ ਵੇਚੋ ਉਹਦੇ ਹੁਕਮ ਦੇ ਨਾਲ। ਕਈ ਸਿੱਖ ਇਸ ਤਰ੍ਹਾਂ ਹੁੰਦੇ ਕਿ ਭਜਨ ਦੱਸ ਦੇਣਾ ਕਿਸੇ ਨੂੰ, ਉਹ ਗਾਂ ਵਾਸਤੇ ਆਪਣੀ ਭੇਡ ਬੁਣ ਲੈਣੀ, ਉਹ ਕਹਿਣਾ, ਉਹਨੇ ਕਹਿਣਾ ਜੀ ਮੇਰਾ ਇਹ ਸ਼ਬਦ ਗੁਰੂ ਆ, ਔਰ ਉਹ ਨਾ ਕਹੇਗਾ ਗਾਂ ਵਾਸਤੇ ਉਹਨਾਂ ਦੀ ਪੂਜਾ ਪ੍ਰਤਿਸ਼ਠਾ। ਉੱਥੇ ਕਹਾ ਕੇ ਕਈ ਸਿੱਖ ਸਤਿਗੁਰੂ ਪਾਤਸ਼ਾਹ ਨਾਲੋਂ ਟੁੱਟ ਗਏ ਕਿ ਅਸੀਂ ਫਲਾਨੇ ਤੋਂ ਭਜਨ ਪੁੱਛਿਆ ਸੀ, ਅਸੀਂ ਉਹਦੇ ਨਾਲੋਂ ਨਹੀਂ ਹਟ ਸਕਦੇ ਤੇ ਅਸੀਂ ਸਤਿਗੁਰਾਂ ਨੂੰ ਛੱਡ ਸਕਦੇ ਨਹੀਂ। ਸਤਿਗੁਰੂ ਜੀ ਨੇ ਇੱਕ ਦਿਨ ਵਚਨ ਕੀਤਾ, ਸਤਿਗੁਰੂ ਪ੍ਰਤਾਪ ਸਿੰਘ ਜੀ ਨੇ, ਕਹਿੰਦੇ ਖੇਤ ਹੈ ਖਸਮ ਦਾ, ਜ਼ਿਮੀਂਦਾਰ ਦਾ, ਉਹਦੇ ਵਿੱਚ ਕਾਮੇ ਚੂੜੇ ਚਮਾਰ ਉਹਨਾਂ ਦੇ ਮੁੰਡੇ ਕੰਮ ਕਰਦੇ ਹਨ, ਕਾਮੇ ਜੇ ਉਹਦੇ ਹੁਕਮ ਦੇ ਨਾਲ ਕਿਸੇ ਨੂੰ ਦੱਥਾ ਜਾਂ ਕਿਸੇ ਨੂੰ ਸੱਥਰੀ ਵੱਢ ਕੇ ਕਿਸੇ ਪੱਠਿਆਂ ਦੀ ਦੇ ਦਿੰਦੇ ਹਨ ਤੇ ਉਹਦੀ ਆਪਣੀ ਨਹੀਂ ਜ਼ਰੂਰਤ, ਆਪ ਤੇ ਆਪਣੀ ਮਰਜ਼ੀ ਨਾਲ ਇੱਕ ਰੁੱਖ ਨਹੀਂ ਉਹ ਵੱਢ ਸਕਦਾ ਤੇ ਉਹਦੇ ਹੁਕਮ ਦੇ ਨਾਲ ਉਹ ਦਿੰਦਾ ਤੇ ਉਹ ਆਫਰ ਜਾਏ ਕਿ ਹਾਂ ਮੈਂ ਫਲਾਨੇ ਨੂੰ ਦਿੱਤਾ ਤੇ ਉਹ ਗਲਤ ਹੈ। ਸਤਿਗੁਰੂ ਪਾਤਸ਼ਾਹ ਇਸ ਚੀਜ਼ ਦਾ ਮਾਲਕ ਹੈ। ਜਿਸ ਵੇਲੇ ਸੂਬੇ ਗਏ ਹਨ ਪ੍ਰਚਾਰ ਦੇ ਵਾਸਤੇ ਤੇ ਬਾਬੇ ਕਾਨ ਸਿੰਘ ਦਾ ਦੀ ਡਿਊਟੀ ਲੱਗੀ ਪਟਿਆਲੇ ਦੇ ਇਲਾਕੇ, ਪਟਿਆਲੇ ਪ੍ਰਚਾਰ ਕਰਦੇ ਕਰਦੇ ਬਾਬਾ ਜੀ ਜਦੋਂ ਉੱਥੇ ਪਹੁੰਚੇ ਤੇ ਤੁਹਾਨੂੰ ਪਤਾ ਹੈ ਕਿ ਸਤਿਗੁਰੂ ਰਾਮ ਸਿੰਘ ਪਾਤਸ਼ਾਹ ਦੀ ਬਖਸ਼ਿਸ਼ ਹੋਵੇ, ਔਰ ਉਹਨਾਂ ਸਿੱਖਾਂ ਦਾ ਜੀਵਨ ਕਿੱਡਾ ਉੱਚਾ ਸੀ, ਉਹ ਬਿਹੰਗਮ ਲੋਕ ਸਨ, ਗ੍ਰਸਤੀ ਨਹੀਂ ਸਨ, ਉਹ ਪੰਜ ਮਾਲਾ ਪੱਕੀਆਂ ਭਜਨ ਦੀਆਂ ਰੋਜ਼ ਦੀਆਂ ਫੇਰਦੇ, ਔਰ 50 ਪੱਤਰੇ ਗ੍ਰੰਥ ਸਾਹਿਬ ਦੇ ਰੋਜ਼ ਦੇ ਕਰਦੇ, ਪੰਜ ਗ੍ਰੰਥੀ ਦਾ ਪੂਰਨ ਉਹ ਸੰਪੂਰਨ ਪਾਠ ਕਰਦੇ, ਭਗਉਤੀਆਂ ਦੀ ਮਾਲਾ ਫੇਰਦੇ, ਪੰਜ ਬਾਣੀ ਦਾ ਨਿਤਨੇਮ ਕਰਦੇ, ਫੇਰ ਉਹ ਪ੍ਰਸਾਦਾ ਆਪਣਾ ਆਪ ਪਕਾ ਕੇ ਛਕਦੇ ਅੱਠੇ ਪਹਿਰ। ਇਸੇ ਤਰ੍ਹਾਂ ਭਜਨ ਸਿਮਰਨ ਦੇ ਵਿੱਚ, ਨਾਮ ਸਿਮਰਨ ਦੇ ਵਿੱਚ ਉਹਨਾਂ ਦੀ ਰਸਨਾ ਇਸ ਤਰ੍ਹਾਂ ਰਸਾਈ ਹੋਈ ਸੀ ਕਿ ਜਿੱਥੇ ਬੈਠਦੇ ਉਪਦੇਸ਼ ਕਰਦੇ ਤੇ ਫਿਰ ਜਿਹੜਾ ਇੱਕ ਵਾਰ ਭਜਨ ਪੁੱਛ ਲੈਂਦਾ ਉਹ ਉਸੇ ਟੋਲੇ ਨਾਲ ਰਲ ਜਾਂਦਾ। ਹੁਣ ਮਹਾਰਾਜਾ ਮਹਿੰਦਰ ਸਿੰਘ ਜਿਹੜਾ ਪਟਿਆਲੇ ਦਾ ਉਸ ਵੇਲੇ ਮਹਾਰਾਜਾ ਸੀ, ਇਹ ਕੱਟੜ ਵਿਰੋਧੀ ਸੀ ਨਾਮਧਾਰੀ ਪੰਥ ਦਾ, ਇਹ ਅੰਗਰੇਜ਼ ਦਾ ਟਾਊਟ ਸੀ। ਇਹਦਾ ਨਾਂ ਲਿਖਣ ਵੇਲੇ ਉਹ ਮੈਂ ਜ਼ਬਾਨੀ ਹੁਣ ਯਾਦ ਹੀ ਨਹੀਂ ਕਰ ਸਕਦਾ, ਪਤਾ ਨਹੀਂ ਕਿੰਨੇ ਨਾਂ ਕੀ ਆ, ਫਰਜ਼ੰਦੇ ਫਰਜ਼ੰਦ ਖਰਿਆ ਕੁਛ ਕੁਛ ਉਹਨਾਂ ਦੇ ਵਾਲੀਏ ਫਲਾਨੇ, ਉਹਦੇ ਨਾਂ ਨਾਲ ਇੰਨੇ ਤੁਖਲਸ ਜੋੜੇ ਉਹਨਾਂ ਨੇ ਉਹਨੂੰ ਸਿਰਫ ਆਪਣੇ ਹੱਥਾਂ ਵਿੱਚ ਆਪਣੀ ਕਠਪੁਤਲੀ ਬਣਾਉਣ ਵਾਸਤੇ। ਉਹ ਮਹਾਰਾਜਾ ਮਹਿੰਦਰ ਸਿੰਘ ਪਹਿਲਾਂ ਸਾਰਿਆਂ ਤੋਂ ਰਿਪੋਰਟ ਦਿੰਦਾ ਸੀ, ਉਹਨੂੰ ਪਤਾ ਲੱਗਾ ਵੀ ਮੇਰੇ ਸ਼ਹਿਰ ਦੇ ਵਿੱਚ ਆ ਕੇ ਕੂਕੇ ਪ੍ਰਚਾਰ ਕਰਨ ਦੇ ਕੂਕਿਆਂ ਦਾ ਕੋਈ ਸੰਤ ਆਇਆ ਹੈ, ਉਹ ਭਜਨ ਦੱਸਦਾ। ਤੇ ਉਸ ਟਾਈਮ ਤੱਕ ਸਤਿਗੁਰੂ ਰਾਮ ਸਿੰਘ ਪਾਤਸ਼ਾਹ ਜਿਹੜਾ ਭਜਨ ਦੱਸਦੇ ਸਨ ਇਹਨੂੰ ਇਉਂ ਹੀ ਧਮਾਇਆ ਕਿ ਇਹ ਕੁਲਾਮ ਦਿੰਦੇ ਹਨ। ਕਿਸ ਕਰਕੇ ਕੁਲਾਮ ਕਹਿੰਦੇ ਸੀ ਇਹ ਤੇ ਮੈਂ ਥੋੜ੍ਹਾ ਜਿਹਾ ਅਰਜ਼ ਕਰਦਾ। ਆਮ ਸਿੱਖ ਇਸ ਨੂੰ ਚਾਰ ਅੱਖਰ ਨੂੰ ਨਾਮ ਮੰਤਰ ਜ਼ਰੂਰ ਮੰਨਦੇ ਹਨ, ਗੁਰਮੰਤਰ ਮੰਨ ਲੈਂਦੇ ਹਨ, ਮਗਰ ਉੱਚੀ ਉਚਾਰਨ ਕਰਨ ਨੂੰ ਜ਼ਰਾ ਵੀ ਦਰੇਗ ਨਹੀਂ ਕਰਦੇ। ਇੱਕ ਪਾਸੇ ਰਾਗੀ ਕਹਿਣ ਲੱਗ ਪੈਂਦੇ ਸਤਨਾਮ 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 ਜੀ, ਤੇ ਅਗਲੇ ਪਾਸੇ ਨਾਂ ਕੀ ਹੈ ਸਾਧ ਸੰਗਤ ਕਹਿਣ ਲੱਗ ਪੈਂਦੀ ਹੈ। ਥੋੜ੍ਹਾ ਜਿਹਾ ਚਿਰ ਉੱਚੀ ਕਹਿ ਕੇ ਨਾ ਤੇ ਬਸ ਕਹਿੰਦੇ ਹਨ ਕਾਫੀ ਜੀ ਸਿਮਰਨ ਹੋ ਗਿਆ, ਮਾਰ ਮੂੰਹ ਲਾਲ ਹੋ ਜਾਂਦੇ ਉਸ ਵੇਲੇ ਉੱਚੀ ਉਚਾਰਨ ਕਰਦੇ ਹਨ। ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਬਾਣੀ ਪੜ੍ਹ ਕੇ ਦੇਖੋ, ਕਹਿੰਦੇ ਉੱਚਾ ਕਹਿਣਾ ਕੁਛ ਨਹੀਂ ਮਨ ਅੰਤਰ ਪੜ ਨਾਮ, ਜੋ ਮਛਲੀ ਜਲ ਪੀਤੀ ਤਿਉਂ ਭਜ ਰੇਵਨ ਨਾਮ। ਸ਼ੰਕਾਵਾਦੀ ਕਹੇਗਾ ਅਸੀਂ ਤੇ ਤੁਕਾਂ ਪੜ੍ਹੀਆਂ ਨੇ, ਚਲੋ ਮੈਂ ਗ੍ਰੰਥ ਸਾਹਿਬ ਜਿਸ ਨੂੰ ਰੋਜ਼ ਪਾਠ ਕਰਦੇ ਸੁਣਦੇ ਮੈਂ ਇਹਦੇ ਵਿੱਚੋਂ ਪ੍ਰਮਾਣ ਦੇਣਾ। ਸਤਿਗੁਰੂ ਪਾਤਸ਼ਾਹ ਬੜਹੰਸ ਰਾਗ ਦੇ ਵਿੱਚ ਫਰਮਾਉਂਦੇ ਹਨ, ਕਹਿੰਦੇ ਉੱਚਾ ਨਹੀਂ ਕਹਿਣਾ, ਅਰਥ ਸਮਝਦਾਰ ਲੋਕ ਵਿਦਵਾਨ ਜਨ ਆਪੇ ਹੀ ਸਮਝ ਲੈਣ ਪਈ ਇਹਦਾ ਅਰਥ ਕਿਸ ਪਾਸੇ ਨੂੰ ਜਾਂਦਾ। ਕਹਿੰਦੇ ਉੱਚਾ ਨਹੀਂ ਕਹਿਣਾ, ਮਨਮੇ ਰਹਿਣਾ, ਆਪੇ ਜਾਣੇ ਆਪ ਕਰੇ। ਹੁਣ ਇਹਦਾ ਤਾਤਪਰਜ ਕਰਨ ਦੀ ਲੋੜ ਨਹੀਂ ਭਈ ਉੱਚੀ ਨਹੀਂ ਇਹਨੂੰ ਕਹਿਣਾ ਤੇ ਮਨ ਦੇ ਵਿੱਚ ਹੀ ਰਹਿਣਾ, ਆਪੇ ਜਾਣੇ ਤਾਂ ਆਪ ਹੀ ਕਰੇ, ਆਪ ਹੀ ਕਰਦਾ ਹੋਵੇ ਤਾਂ ਕਿਸੇ ਨੂੰ ਪਤਾ ਨਾ ਲੱਗੇ ਵੀ ਇਹ ਭਜਨ ਕਰਦਾ, ਸਿਰਫ ਬੁੱਲ ਹਿਰਦੇ ਦਿਸਣ। ਸੋ ਉਹ ਨਾਮ ਸਤਿਗੁਰੂ ਪਾਤਸ਼ਾਹ ਦੀ ਮਰਿਆਦਾ ਅਨੁਸਾਰ ਜਿਹੜਾ ਸਿੱਖ ਭਜਨ ਪੁੱਛ ਲੈਂਦਾ ਸੀ ਉਸ ਨੂੰ ਭਜਨ ਦੱਸਣ ਤੋਂ ਪਹਿਲੇ ਤਕੀਦ ਕੀਤੀ ਜਾਂਦੀ ਸੀ ਕਿ ਤੂੰ ਇਸ ਨੂੰ ਉੱਚੀ ਨਹੀਂ ਲੈਣਾ ਔਰ ਕਿਸੇ ਨੂੰ ਦੱਸਣਾ ਨਹੀਂ। ਬਸ ਇਸ ਚੀਜ਼ ਤੋਂ ਲੋਕਾਂ ਨੂੰ ਪਈ ਸ਼ੱਕ ਭਈ ਜਿਹੜੇ ਇਹ ਦੱਸਦੇ ਨਹੀਂ ਉੱਚੀ ਨਹੀਂ ਲੈਂਦੇ ਜ਼ਰੂਰ ਕਲਾਮ। ਔਰ ਦੂਸਰੀ ਸ਼ੱਕ ਕਿਸ ਤਰ੍ਹਾਂ ਪਈ ਕਿ ਇਹ ਜਿਸ ਵੇਲੇ ਸ਼ਬਦ ਪੜ੍ਹਦੇ ਹਨ ਮਸਤਾਨੇ ਹੋ ਜਾਂਦੇ ਹਨ, ਮਸਤਾਨੇ ਮਸਤੀ ਮੈਂ ਅਰਧ ਨਹੀਂ ਕਰ ਸਕਦਾ, ਮਸਤੀ ਇੱਕ ਅਵਸਥਾ ਬਹੁਤ ਉੱਚੀ ਹੈ, ਉਹ ਸਤਿਗੁਰੂ ਬਖਸ਼ਿਸ਼ ਕਰੇ ਤਾਂ ਕਿਸੇ ਤੇ ਆਉਂਦੀ ਹੈ। ਵੈਰਾਗਮਈ ਤੇ ਕੌਂਤਕ ਦੇਖਿਆ ਸਰੀਰ ਤੇ ਵਰਤਦਾ, ਮਗਰ ਮਸਤੀ ਜਿਹੜੀ ਉਹ ਤੋਂ ਅਜੇ ਤੱਕ ਵਾਂਝੇ ਆ, ਉਹ ਮਸਤੀ ਦੀ ਫਿਰ ਜਿਹਨੂੰ ਆਈ ਨਹੀਂ ਮਸਤੀ ਉਹ ਵਰਣਨ ਕੀ ਕਰ ਸਕਦਾ। ਇੱਕ ਇਹ ਅਨਰਵਚਨੀ ਹੈ, ਇਸ ਨੂੰ ਕਥਨ ਨਹੀਂ ਕੀਤਾ ਜਾ ਸਕਦਾ ਮਸਤੀ ਨੂੰ, ਇਸ ਨੂੰ ਜਿਹਨੂੰ ਆਵੇ ਉਹ ਅਨੁਭਵ ਕਰ ਸਕਦਾ ਤੇ ਉਹ ਕਿਸ ਤਰ੍ਹਾਂ ਭਜਨ ਕਰਨਾ ਤੇ ਇੱਕ ਮੇਕ ਅਕਾਲ ਪੁਰਖ ਦੇ ਨਾਲ ਹੋ ਜਾਣਾ, ਕੋਈ ਨਾ ਕੋਈ ਨਜ਼ਾਰਾ ਦੇਖਣਾ। ਵੈਰਾਗ ਕਿਸ ਚੀਜ਼ ਤੇ ਆਉਂਦਾ, ਆਪਣੇ ਗੁਨਾਹਾਂ ਨੂੰ ਦੇਖ ਕੇ ਕਿ ਮੇਰੇ ਗੁਨਾਹ ਕਿੱਡੇ ਹਨ ਤੇ ਸਤਿਗੁਰੂ ਕਿੱਡਾ ਬਖਸ਼ਿੰਦਾ ਹੈ। ਉਸ ਵੇਲੇ ਜਗਿਆਸੂ ਰੋਂਦਾ ਹੈ, ਉਸ ਵੇਲੇ ਨੇਤਰਾਂ ਚੋਂ ਜਲ ਜਾਂਦਾ ਹੈ, ਵੈਰਾਗ ਆਉਂਦਾ ਹੈ।
जिस वेले सतगुरु का कोई एक ऐसा कौतक देखता कोई झलकारा वजदा उस वेले फिर मस्त हो जाता। जिदा सतगुरु राम सिंह पातशाह की हजूरी विच एक निहंग सिंह आया, दो निहंग सिंह आए और वह कह लगे भाई असी जाके कहते ना कि जाके सीधा करके आने सतगुरु जी का अद्धा ना सदते हैं, ये उन्होंने बस की गल नहीं। निंदक लोग जिहड़े हन उह कहिंदे हन किसे उह विद्वान ने कविता लिखी है, कहिंदे कई कई तैनू बेसमझी विच देण गारी, कई जात बलतान तरखान तेरी, कोई संत आखे कोई भगत आखे चरन धूड़ मत्थे कई लान तेरी, उह तेरी महिमा कथी नहीं जांदी, मगर उह ना गालां कढ़े ते छोटा हुंदा ना उह रब नूं वी कई गालां कढ़दे मगर उह फिर रोजी देई जांदा सारिआं नूं, उह एडा वड्डा अकाल पुरख है। सतगुरु पातशाह सतगुरु जी दे जिहड़े कृपा जिन्हां ते होई है वह भजन करते हैं इन्हां के मस्ती आ जाती है ते फिर बेसुध हो जाते हैं। जिहड़े दूसरे लोग हैं वह निंदा करते हैं, कहिंदे हैं कि ये जिहड़े मुसलमान हैं लोग वह कवालियां सुनते हैं ते उन्हां नूं हाल चढ़ जाते हैं, इस करके कलाम गुरकानी कलाम जपते हैं, इस करके इन्हां नूं गुरुद्वारियां ते चढ़ ना दिता जाए। इन्हां दी अगे चल के प्रसंग आएगा कि इन्हां दी अरदास ना करो। सतगुरु राम सिंह पातशाह जी ने जिस वेले सूबे कान सिंह नूं भेजिया ते उत्थे चंगा प्रताप बढ़िया, चंगा टोला बन गया नामधारी सिंघां दा, ते हुण महाराजे नूं फिकर पिया, उसने बंदे भेजे कहण लगा कि जाके तुसी पता करके आओ, बंदे भी खास इतवारी भेजे। सरदार हीरा सिंह सकरौंदी वाले जिहड़े कि खास मुसाहिबां दे विचों कोल बैठण वाले सी महाराजा महेंद्र सिंह दे, उहनूं भेजिया कि जा भाई तू पुछ के आके की कलाम जपदे हन। कलाम कह कह के सतगुरु राम सिंह जी ने प्रदेश तो हुक्मनामा लिखिया सी पुजारियां दे नाम अंबरसर दे, उन्हां पुजारियां नूं लिखिया सी जां ते तुसी रल के इस पंथ नूं मिटा दिओ, जे नहीं मिटा सकते ते तुसी मिलो तनखाह बख्शाओ गुरु के हजूर खड़े होके, क्योंकि तुसी सतगुरु नानक पातशाह ने जिहड़ा अमृतमई नाम तैयार कीता सी उस नूं तुसी कलाम कह कह के अपनी जबान कलंकित कीती है ते इस करके तुसी तनखाह विच बख्शाओ। हुण सरदार हीरा सिंह जी गए जाके अर्ज कीती कि भजन दसो, उहनां नूं पता सी गुरु बालक सिंह जी दे हुक्म अनुसार सतगुरु राम सिंह जी नूं हुक्म होया सी जाओ, कहिंदे तुसी खुले छटे देवो नाम दे, जे तुसी पत्थर ते वी बीजोगे उत्थे वी जमेगा, ते हुण पत्थर दे उत्ते नहीं बीजिया जांदा पत्थर हिरदे ते बीजिया जांदा, पत्थर रूप जिसका हिरदा हो चुका है कठोर उस दे हिरदे उत्ते बीज दिओ उत्थे वी उग पैंदा। सतगुरां दी कईआं ने परीख्या लैण वास्ते लुच्चे बदमाश ते बड़े गंदे भैड़े लोग भेजे जिहड़े शराबी कबाबी सन, उन्हां नूं जिस वेले भजन पुछिया कायम पड़दे जिन मानस ते देवते कीए करत ना लागी वार, एक मिनट भी नहीं लगा करन लगी, क्योंकि सतगुरु दे गुण जिहड़े जिस तरह मैं शब्द लिया कि सतगुर मूर्त को बल जाओ तो ओ अंतर प्यास चात्र ज्यों जल की सफल दर्शन कर पाओ, ओ सतगुरु दे गुण मैं थानू दस रहा हाँ। जिस वेले बाबा कान सिंह जी इस तरह भजन दसिया हीरा सिंह होना नू बस फेक ही सी लिव लग गई उथी समाधि जुड़ गई। साडे पिता जी दसदे हुंदे सन कि उदों असी साडे चश्मदीद वाकया के भजन जिहड़ा भी पुछदा सी ओ पुछदा सार ओ उठण जोगा नहीं सी रह जांदा, ओ उत्थे जरूर बैठदा सी। मुसलमाना दे लफ्ज सन सतगुरु प्रताप सिंह जी दे बचना चो सुनिया कि वह मुसलमान सी ओ राजा फजलदार, उन्हें अपने बजुर्गों तो सुनिया सी कि जिहड़ा गालां कढ़दा वह चुप हो गया और जिहड़ा कोई भैड़ा बंदा आया उहदे कन्न जिहदे च कुछ दस दिता वह मुड़ के वह नहीं रहा उहदी कायां बदल दित्ती। हुण ये सरदार हीरा सिंह उत्थे रह गए, उन्होंने हुण होर प्रीख्या लई सरदार लहणा सिंह नूं भेजिया उन्होंने चाचे दे लड़के नूं, वह गए हैं उन्होंने भजन पुछया वह भी उत्थे रह गए, फिर अनूप सिंह उन्होंने भेजिया वह भी उत्थे रह गए, भेजे फिर बंदे लैण वास्ते अपने सिपाही कि उन्होंने लैके आओ लगाए। जिस वेले सरदार हीरा सिंह जी गए ते पुछया भाई तुहानू किसे काम भेजिया सी, हाँ जी तुसी बड़ा परोपकार कीता साढ़े ते तुसी सानू सतगुरु की सरण दे विच भेजिया, असी ते तुहाडा देना किसे जन्म च नहीं दे सकते, तुसी सानू सतगुरु की सरण दे विच भेजिया साडा तां जन्म सफला हो गया। वह कहिंदा भाई गल भी कोई दस पे तैनू दसिया की कलाम की दसी है, ते वह अक्सर महाराजा सी उहदा सेवक सी, वह कहिंदा देखो महाराज अपनी जबान नू कलंकित ना करो इस अमृतमई नाम नू कलाम कह के, ते तुसी जे थानू इच्छा है ते मैं ते थानू अर्ज करांगा कि तुसी भी अपना जन्म जेड़ा थवाड़ी दा बाकी है वह जाके भजन पुछ के सफला करो, क्योंकि मनुख जन्म जेड़ा है होए ना बारंबार। ओ साकत जेड़ा साकत पुरुष जो है
जिस तरह बाणी च लिखिया के बांस रूपी जिसका बांस की शकल का जिसका हिरदा है ना उहदे च महक नहीं जा सकती। मैला गर संगीन निम बिरख से चंदना निकट बसंतो बांसो नानक अहम बुद्ध ना बोहते। बांस जिहड़ा चंदन के निकटे बसे बांस ना बांस बुढ़ाई बूढ़िया इउं मत बूढ़ो कोई चंदन के निकटे बसे बांस सुगंध ना होए। बांस दा बूटा चंदन दे मुढ़ होवे उहदे सुगंधी नहीं जा सकती। जिहड़ा निम दा बूटा वह दूर भी है जिधर नूं हवा उहदी वगदी है उधर जाके भी उसनूं महकदार कर देंदा। हुण वह महाराजा जिहड़ा वह बड़ा चिड़िया और वह कहिंदा मैं तेरा नां कट देना है। नां कट दिता ते उहनां दे नाल दे जिहड़े साथी सी ना 100 उन्होंने कहा भी साढ़े भी नावे कट दौ। आपस में ही प्यार सी 100 शरीर एकदम नावे कटा के जिस वेले बाहर होया ते बस फिर महाराजे नूं चढ़ी चिड़ उन्हें हुक्म भेज दिता भी ऐसे वेले ही मेरे शहर तो बाहर हो जाण बाबा कान सिंह जी अपने टोले नूं नाल लैके। रात का टाइम सी काफी रात जा चुकी सियाल का मौसम है उस वेले हुक्म होया सिंघां ने उथों कमर कसे कीते जाके 2-2.5 मील ते जाके डेरा कीता। इस तरह प्रचार दे दौरे जिस वेले हुंदे देखे ते फिर अंग्रेज की अख दे विच फिर तिण रड़किया। महाराजा महेंद्र सिंह ने रिपोर्ट भेजी कि तुसी गुरु राम सिंह नू नज़रबंद कर दिता ते उन्हें अपने बंदे छड़ के वह प्रचार का काम ते उहदा उसे तरह चल रहा तुसी इस पासे ध्यान दिओ। उन्हां पंजां सूबियां नू भी नज़रबंद करता सतगुरां दे नाल भई इह वी भैणी साहब दी हदूद तो बाहर नहीं जा सकदी। बाबा साहब सिंह जी जिहड़े कि पहले जटां वाले साधु सन और नांगे साधु सन ये सतगुरु की शरण दे विच आए भजन सिमरन जिस वेले दात मिली पहले ही काफ़ी कमाई सी बस फिर तो सोने ते सुहागा हो गया। और बड़े यह दूरदर्शी महापुरुष सन जिहड़ा कोई सरकारे दरबारे काम कोई ऐसा हुंदा सी राजसी कमां दे विच बहुत माहर सन ते इन्हां बाबे साहब सोहणा ते यह शक सी गौरमेंट नूं कि गुरु राम सिंह का उत्तराधिकारी यह होएगा। गुरु राम सिंह तो बाद यह बाबा साहब सिंह जिहड़ा इन्हां दे उत्ते बहुत निगरानी रखी जांदी सी इन्हां पंजां सूबियां नूं भी उत्थे फिर नज़रबंद कर दिता। सतगुरु राम सिंह पातशाह जी ने प्रोग्राम बनाया यह जिहड़ी सतगुरु की लहर है इहनूं कोई रोक सकदा। सतगुरु बचन करते होंदे सन कि मैं इस कूका पंथ की नी जिहड़ी पताल तो रख के लियांदी है यह शब्द की शक्ति नाल यह पंथ रचिया किसे ताकत है जिहनूं नेट के दसे। जिन्नियां नेरियां नामधारी पंथ ते झुलियां हन इतिहास नूं पढ़न वाले लोग जाणदे जरा निरपक्ष हो के वाचिया जाए ते इन्नियां नेरियां ने इन्ने घलूकारे किसे ते नहीं आए। अंग्रेज ने जिन्ने दमन चक्कर चलाए और किन्नियां उन्हें कुटल नीतियां वरतियां मगर सतगुरु राम सिंह पातशाह की कृपा नाल जदों दिहाड़ी 4-4 वार 3-3 वार हाजरी लगती सी नामधारियां की उदों भी नामधारी पंथ जिहड़ा सी ओह चढ़दियां कला च रहा। हुण सतगुरु जी ने प्रोग्राम बना के 17 सूबे होर बना दिते उन्होंने तोड़ दिता इलाकों के प्रचार करने के वास्ते और हुक्म किया कि तुसी जाके भजन दसो। फिर वो जिस वेले भजन दसते उन्होंने जबान च भी उस तरह की तस्वीर आ अंग्रेज नूं तौखला पिया उसने उन्होंने 17 नूं भी नज़रबंद किया 22 दे 22 सूबे और सतगुरु राम सिंह जी नूं नज़रबंद कर दिता। तो इत्थे दा डिप्टी कमिश्नर गया लुधियाने का जाके कहिंदा जरा दिल लगी ना मखौल नाल कहिंदा बाबा साहब आप क्या करोगे। तो सतगुरु जी रंग च हो के कहन लगे जाओ बिलिया कहन लगे मैं घर घर राम सिंह पैदा कर देंगा। सतगुरु राम सिंह पातशाह का हुक्म है एक उहदा बाग है इस दे विच इस झल दे विच साध संगत दे विच गिदड़ भी मेरे वर्गे बड़े हैं मगर ये शेरां तो खाली नहीं। ये सतगुरु प्रताप सिंह दे बचन सन कि जे निखिध तो निखिध लभना वह भी नामधारियों चो लभ जाएगा तो जे चंगे तो चंगा लभना वह भी नामधारियों चो लभेगा लांभे नहीं लभ सकेगा क्योंकि सतगुरु का यह बाग है वो बख्शिश है। मैं वो वास्ते अर्ज कर रहा सी कि सच्चे पातशाह सतगुरु राम सिंह कौंतक करते हैं। मैं उस सतगुरु के प्रथाए एक पंक्ति कह के फिर अगे चल
स्वामी तेरा अंत ना सबको केवल वड़ा लिखा हो कीमत पाए न कहो जाए कहने वाले तेरे रहे समाज बड़े मेरे साहिबा गहर गंभीरा बोए न जाने तेरा नेता सब सुरती मिल सुरत कमाई सब कीमत मिल कीमत पाई ज्ञानी ज्ञानी गुरबुराई ते कहन न जाई तेरी दिल वड़ियाई भई तेरे मित्रा स्वामी तू अपनी अपारो राम राजे हर नाम सलाह है न्याय राज ये आस अधारो हम सब तेरो मारी सब तेरो सभी गुर को बन जाओ सभी गुर को बन जाओ सो गुरमुखो सच्चे पातशाह हुण बैठे हन भैणी साहब गवर्नमेंट ने अपने वालों पक्के किले किए हैं कि हुण की कर लेगा ते पर ओ तू बेअंत तेरी मित नहीं पाई बाबा साहब सिंह नू ते बाबे लखा सिंह नू दो मझां बहुत वधिया किस्म दियां दे के ते नेपाल नू भेजिया है व्यापारियों का भेस तारिया है भेस बदल लिया है ते ओ मझां मंजलो मंजली नेपाल ले जा पहुंचे खटमंडू चले गए हैं उस वेले जंग बहादुर नेपाल दा राजा सी सच्चे पातशाह ने हुक्मनामा लिख के अपने वालों पत्रकार लिख के सिंघां नूं दित्ती जदों सिख राज दा खात्मा होया उदों काफी फौज दे लोक जिहड़े सन बड़े चतर विद्या जान दे फौज निपुण सन ओ अंग्रेज दे इस घलूकारे नाल कुटल नीति नाल जिस वेले उहने पंजाब ते कब्जा कीता ओ अपने दौड़ के क्यों कि जे वह काबू आ जाते उन्होंने अंग्रेज ने जरूर मरवा देना सी वह दौड़ के यदि हद तो पार होकर नेपाल रियासत के जाके उन्होंने फौज के नौकरियां कर लिया सन और सतगुरु राम सिंह पातशाह जी ने जानते सन इतों लाहौर के मौके दे विच ते सतगुरु जी ने हुक्मनामा लिख के भेजिया और दो मझां भेजिया उहदे उत्ते सतगुरां ने गुप्त वार्ता जिहड़ी सी उह नहीं लिखी उह जबानी समझाई कि तुसी साडे नाल रलो ते रल के इनू अंग्रेज नू असी कढ़ीए उह गै सिंह मंजलो मंजली पहुंचे जिस वेले उहने महाराजे ने उह हुक्मनामा पढ़िया बहुत खुश होया और सिंघां दी बड़ी खातर तवाजो कीती ते काफी सेवा करके कोल रखे फिर विदा करन दे वेले एक गूट घोड़ा छोटे कद का जेड़ा के पहाड़ियों के उत्ते चढ़न वाला सी बहुत वधिया किस्म का एक घोड़ा ते एक माला भेजी जेड़ी 108 कस्तूरी दे नाप कस्तूरी का नापा हरण की धुनी दे विच हुंदा ओ कस्तूरी खास करके ओ हरण जेड़े उस नस्ल दे नेपाल दे इलाके ज्यादा हुंदे ओ तोहफे वजों एक माला 800 नाफियां दी एक गूट घोड़ा ते दो खोखरियां खोखरी गोरखे रखते हैं जेड़े
ਬੱਚਿਆਂ ਨੂੰ ਨਹੀਂ ਪਤਾ ਉਹ ਇਸੇ ਤਰ੍ਹਾਂ ਜਿੱਦਾਂ ਦਾ ਪਾਂਗਾ ਹੁੰਦਾ ਇੱਥੇ ਇਹਨਾਂ ਦਾ ਮਾਰਨ ਵਾਲਾ ਏਦਾਂ ਦੀ ਸ਼ਕਲ ਦਾ ਉਹ ਪਾਂਗਾ ਹੁੰਦਾ ਥੋੜਾ ਜਿਹਾ ਮੁੜਿਆ ਆ ਉਹਨੂੰ ਖੋਖਰੀ ਕਹਿੰਦੇ ਉਹ ਜਿਹੜੇ ਗੋਰਖੇ ਹਨ ਉਹ ਆਮ ਪਹਿਰਾ ਦਿੰਦੇ ਹਨ ਜਿੱਦਾਂ ਇੱਥੇ ਮਸਾਹੀਆਂ ਨੂੰ ਚੁਣਿਆ ਪਹਿਰਾ ਦੇਣ ਵਾਸਤੇ ਦੇਸ਼ ਦੇ ਵਿੱਚ ਸਾਡੇ ਲੋਕਾਂ ਨੇ ਕਾਰਖਾਨਿਆਂ ਦੇ ਤਾਂ ਹੋਰ ਸਰਕਾਰੀ ਜਿਹੜੇ ਜਿੰਨੇ ਵੀ ਨਾ ਖਾਸ ਜਗ੍ਹਾ ਪਹਿਰਾ ਦੇਣ ਵਾਸਤੇ ਗੋਰਖਿਆਂ ਨੂੰ ਰੱਖਿਆ ਗੋਰਖਿਆਂ ਨੂੰ ਬਹਾਦਰ ਗਿਣਿਆ ਜਾਂਦਾ ਔਰ ਉਹ ਗੋਰਖਿਆਂ ਦੇ ਪਾਸ ਖੋਖਰੀ ਹੁੰਦੀ ਆ ਉਹ ਖੋਖਰੀ ਦਾ ਵਾਰ ਕਰਨ ਜਾਣਦੇ ਹਨ ਤੇ ਉਹ ਖੋਖਰੀਆਂ ਦੋ ਜਿਹਨਾਂ ਦੀਆਂ ਮੁੱਠਾਂ ਹੀਰੇ ਜਵਾਹਰਾਤ ਦੇ ਨਾਲ ਜੜੀ ਹੋਈਆਂ ਹਨ ਤੇ ਬਨਾਤ ਦੇ ਥਾਨ ਦੋ ਇਸ ਤਰ੍ਹਾਂ ਕਾਫੀ ਤੋਹਫੇ ਦੇ ਕੇ ਸਤਿਗੁਰਾਂ ਵੱਲ ਨੂੰ ਉਹਨਾਂ ਨੂੰ ਤੋਰਿਆ ਤੇ ਔਰ ਆਪਣੇ ਵੱਲੋਂ ਪੂਰਨ ਯਕੀਨ ਦਵਾਇਆ ਕਿ ਜਦੋਂ ਹੁਕਮ ਕਰੋ ਅਸੀਂ ਤਿਆਰ ਵਰ ਤਿਆਰ ਹਾਂ ਤੁਹਾਡੇ ਅੱਖ ਦੇ ਇਸ਼ਾਰੇ ਤੇ ਅਸੀਂ ਪਹੁੰਚਣ ਨੂੰ ਤਿਆਰ ਹਾਂ ਇਧਰੋਂ ਸਿੰਘ ਇਸ ਤਾਲਮੇਲ ਨੂੰ ਗੱਠ ਕੇ ਆ ਗਿਆ ਹੁਣ ਸੱਚੇ ਪਾਤਸ਼ਾਹ ਜੀ ਨੇ ਬਾਬਾ ਬਿਸ਼ਨ ਸਿੰਘ ਕਾਬਲ ਵਾਲਾ ਉਹਦਾ ਨਾਂ ਕਰਕੇ ਸੀ ਸਤਿਗੁਰ ਜਾਰ ਉਸ ਨੂੰ ਕਹਿਣ ਫੜ ਸਲੋਤਰ ਮਾਰਨ ਪੈਣ ਲਿਖੇ ਹੁਕਮਨਾਮੇ ਹੱਥ ਦੇਣ ਉਸ ਅਕਾਲ ਦੇ ਉਹ ਸਿੰਘਾਂ ਨੇ ਉਸ ਵੇਲੇ ਇਸ ਤਰ੍ਹਾਂ ਦੀ ਦੀਆਂ ਰਚਨਾ ਰਚੀ ਹੋਈਆਂ ਸਨ ਜਦੋਂ ਰੂਸ ਪੰਜਾਬੇ ਆਵੇ ਰੁਪਏ ਸੇਰ ਤਵ ਅੰਨ ਬਕਾਵੇ ਉਹ ਵੀ ਢੂੰਡਿਆ ਹੱਥ ਨਾ ਆਵੇ ਮੇਰਾ ਸਿੱਖ ਭੁੱਖਾ ਨਾ ਜਾਵੇ ਇਸ ਤਰ੍ਹਾਂ ਦੇ ਬਚਨ ਜਿਹੜੇ ਸਿੱਖਾਂ ਦੀ ਜ਼ਬਾਨ ਦੇ ਉੱਤੇ ਸੀ ਰੂਸਾਂ ਨੂੰ ਉਡੀਕਦੇ ਸੀ ਜਿਸ ਕਰਕੇ ਸਤਿਗੁਰੂ ਰਾਮ ਸਿੰਘ ਪਾਤਸ਼ਾਹ ਜੀ ਦਾ ਇਹ ਅਕੀਦਾ ਸੀ ਕਿ ਉਹ ਲੋਕ ਜਿਹੜੇ ਹਨ ਉਹ ਅੰਗਰੇਜ਼ ਉਹਨਾਂ ਦਾ ਵੈਰੀ ਇਹਨਾਂ ਦਾ ਆਪਸ ਵਿੱਚ ਹੀ ਵੈਰ ਆ ਅਸੀਂ ਮਿੱਤਰਤਾ ਗੰਢੀਏ ਅਸੀਂ ਕਾਬਲ ਵਾਲਿਆਂ ਨਾਲ ਮਿੱਤਰਤਾ ਗੰਢੀਏ ਔਰ ਅਸੀਂ ਰਲ ਕੇ ਇਹਨੂੰ ਅੰਗਰੇਜ਼ ਸਮਰਾਟ ਨੂੰ ਇੱਥੋਂ ਦੂਰ ਕਰੀਏ ਔਰ ਆਪਣੇ ਮੁਲਕ ਨੂੰ ਸੁਤੰਤਰ ਕਰੀਏ ਭਾਈ ਬਿਸ਼ਨ ਸਿੰਘ ਕਾਬਲ ਵਾਲੇ ਪਹਿਲੇ ਕਾਬਲ ਗਏ ਹਨ ਕਾਬਲ ਦੇ ਰਾਜੇ ਦੇ ਨਾਲ ਉੱਥੇ ਵੀ ਹੁਕਮਨਾਮਾ ਭੇਜਿਆ ਸੰਧੀ ਹੋਈ ਔਰ ਉਹਨਾਂ ਨੇ ਤਸੱਲੀ ਬਖਸ਼ ਉੱਤਰ ਦਿੱਤਾ ਤੇ ਆਪਣੇ ਦੋ ਸ਼ਾਹਜ਼ਾਦਿਆਂ ਨੂੰ ਕਾਬਲ ਦੇ ਅਮੀਰ ਨੇ ਸਤਿਗੁਰੂ ਰਾਮ ਸਿੰਘ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਭੇਜਿਆ ਉਹ ਕਾਫੀ ਤੋਂ ਜ਼ਿਆਦਾ ਤਾਦਾਦ ਦੇ ਵਿੱਚ ਤੋਹਫੇ ਔਰ ਕਈ ਚੀਜ਼ਾਂ ਲੈ ਕੇ ਸਤਿਗੁਰੂ ਰਾਮ ਸਿੰਘ ਪਾਤਸ਼ਾਹ ਦੀ ਹਜ਼ੂਰੀ 'ਚ ਭੈਣੀ ਸਾਹਿਬ ਆਏ ਨਜ਼ਰਬੰਦੀ ਦੀ ਹਾਲਤ ਦੇ ਟਾਈਮ ਦੀਆਂ ਇਹ ਚੀਜ਼ਾਂ ਤੇ ਜਿਸ ਵੇਲੇ ਉਹ ਇੱਥੋਂ ਮੁਲਾਕਾਤ ਕਰਕੇ ਚਲੇ ਗਏ ਅਕਸਰ ਜਸੂਸ ਤਾਂ ਇਹਨਾਂ ਨੇ ਵੀ ਛੱਡਿਓ ਸੀ ਉਹ ਬਾਰ ਬਟਨ ਜਿਹੜਾ ਸੀ ਨਾ ਜਿਹੜਾ ਲੁਧਿਆਣੇ ਡੀਸੀ ਲਾਇਆ ਸੀ ਨਾਮਧਾਰੀਆਂ ਤੇ ਨਿਗਰਾਨੀ ਰੱਖਣ ਵਾਸਤੇ ਉਹ ਐਡਾ ਕੁਟਲ ਆਦਮੀ ਸੀ ਉਹ ਕਸ਼ਮੀਰਨ ਦੇ ਪੇਟੋਂ ਅੰਗਰੇਜ਼ ਦਾ ਬੱਚਾ ਸੀ ਉਹ ਐਂਗਲੋ ਇੰਡੀਅਨ ਸੀ ਔਰ ਚੰਗੀ ਤਰ੍ਹਾਂ ਬੋਲੀ ਪੰਜਾਬੀ ਜਾਣਦਾ ਸੀ ਔਰ ਇੰਨਾ ਕੁਟਲ ਸੀ ਸਤਿਗੁਰੂ ਪ੍ਰਤਾਪ ਸਿੰਘ ਦੇ ਬਚਨ ਇਸ ਤਰ੍ਹਾਂ ਹਨ ਕਿ ਉਹ ਜਨਾਨੀਆਂ ਦਾ ਭੇਸ ਧਾਰ ਕੇ ਘੱਗਰਾ ਪਾ ਕੇ ਝੁੰਡ ਕੱਢ ਕੇ ਰਾਤ ਨੂੰ ਜਨਾਨੀਆਂ ਦੇ ਵਿੱਚ ਜਾ ਕੇ ਜੰਗਲ ਪਾਣੀ ਜਾ ਬੈਠਦਾ ਸੀ ਤਾਂ ਮਾਈਆਂ ਬੀਬੀਆਂ ਜਿਹੜੀਆਂ ਉਦੋਂ ਪਿੱਛੇ ਰਿਵਾਜ ਇੱਦਾਂ ਹੁੰਦਾ ਸੀ ਵੀ ਜਥੇ ਦਾ ਜਥਾ ਜਾਣਾ ਤੇ ਉੱਥੇ ਜਾ ਕੇ ਨਾ ਫੇਰ ਤੇ ਇਹਨਾਂ ਨੇ ਨਾ ਕੀਗਾ ਨਾ ਇਹ ਜੰਗਲ ਪਾਣੀ ਬੈਠੀਆਂ ਰਹਿਣਾ ਨਾ ਜੋ ਘਰ ਦੀ ਗੱਲ ਜੋ ਬਾਹਰਲੀ ਗੱਲ ਉਸ ਕੌਂਸਲ ਦੇ ਵਿੱਚ ਉਹ ਕਰ ਦੇਣੀ 15-20 ਜਨਾਨੀਆਂ ਹੋਣੀਆਂ ਤੇ ਬਸ ਉੱਥੇ ਘੰਟਾ ਲੱਗ ਜਾ 2 ਘੰਟੇ ਲੱਗ ਜਾਣ ਉਹ ਵੀ ਇਹਨਾਂ ਦਾ ਨਿਤਨੇਮ ਹੁੰਦਾ ਸੀ ਵਿਹਲੀਆਂ ਕੰਮਾਂ ਤੋਂ ਹੋ ਜਾਣਾ ਉਹ ਆਪਣੀਆਂ ਸੂਹਾਂ ਲੈਣ ਦੇ ਵਾਸਤੇ ਵੀ ਇਹ ਘਰਾਂ ਦੇ ਵਿੱਚ ਆਦਮੀ ਗੱਲ ਕਰਦੇ ਹੋਣਗੇ ਉਹ ਜਨਾਨੀਆਂ ਨੇ ਇੱਥੇ ਗੱਲ ਕਰਨੀ ਉਹਨਾਂ ਦੇ ਵਿੱਚ ਜਾ ਕੇ ਭੇਸ ਬਦਲ ਕੇ ਬੈਠ ਕੇ ਤੇ ਉੱਥੋਂ ਰਿਪੋਰਟਾਂ ਲਿਆਉਂਦਾ ਸੀ ਜਿਹੜਾ ਉਹ ਕੁੱਢਲ ਆਦਮੀ ਸੀ ਉਸਨੇ ਵੀ ਆਪਣੇ ਜਾਸੂਸੀ ਦੇ ਜਾਲ ਵਿਛਾਇਓ ਸੀ ਤੇ ਉਹਨੂੰ ਪਤਾ ਲੱਗਾ ਕਿ ਸਤਿਗੁਰੂ ਰਾਮ ਸਿੰਘ ਪਾਤਸ਼ਾਹ ਦੇ ਪਾਸ ਦੋ ਸ਼ਹਿਜ਼ਾਦੇ ਜਿਹੜੇ ਕਾਬਲ ਦੇ ਆਏ ਹਨ ਉਹ ਕਿਸ ਕਰਕੇ ਆਏ ਹਨ ਗੌਰਮੈਂਟ ਨੂੰ ਇਸ ਚੀਜ਼ ਦੀ ਇਤਲਾਹ ਦਿੱਤੀ ਬੜੀ ਨਿਗਰਾਨੀ ਰੱਖੀ ਗਈ ਉਹਨਾਂ ਉਸੇ ਕੇਸ ਦੇ ਮੁਤਲਕ ਬਹਾਬੀ ਪਠਾਨ ਜਿਹੜੇ ਉਹ ਕਾਫੀ ਤੋਂ ਜ਼ਿਆਦਾ ਗ੍ਰਿਫਤਾਰ ਕੀਤੇ ਗਏ ਸਨ ਇਸੇ ਕੇਸ ਦੇ ਵਿੱਚ ਉਹ ਨਾਮਧਾਰੀਆਂ ਵਾਂਗੂ ਪੱਗਾਂ ਬੰਨਦੇ ਜਿਹੜੇ ਉਹ ਪਠਾਨ ਜਿਹੜਾ ਉਹ ਰੂਸੀ ਚਿੱਤਰਕਾਰ ਸੀ ਉਹਦਾ ਨਾਮ ਇਹਨੂੰ ਭੁੱਲ ਗਿਆ ਉਸਨੇ ਚਿੱਤਰ ਬਣਾਇਆ ਸੀ ਆਪਣੇ ਸੋਵੀਅਤ ਦੇਸ਼ ਦੇ ਵਿੱਚ ਉਹਦੇ ਵਿੱਚ ਨਾਮ ਉਸ ਤਰ੍ਹਾਂ ਦੀਆਂ ਪੱਗਾਂ ਵਾਲਿਆਂ ਨੂੰ ਤੋਪਾਂ ਨਾਲ ਬੰਨ ਕੇ ਉਡਾਇਆ ਆਇਆ ਸੀ ਉਹ ਫਿਰ ਉਸ ਦੇ ਉੱਤੇ ਨੋਟ ਭੇਜਿਆ ਇੱਥੋਂ ਸਤਿਯੁਗ ਵੱਲੋਂ ਕਿ ਇਹ ਜਿਹੜੇ ਹਨ ਇਹ ਬਹਾਬੀ ਸਨ ਇਹਨਾਂ ਨੂੰ ਬੰਨ ਕੇ ਉਡਾਇਆ ਗਿਆ ਉਹਨੂੰ ਕਾਲੇ ਪਾਣੀ ਕਹਿੰਦੇ ਸੀ ਜਿਹਦਾ ਬੜਾ ਹੀ ਜੁਰਮ ਹੋਵੇ ਜਿਹਨੂੰ ਫਾਂਸੀ ਦੀ ਸਜ਼ਾ ਮਾਫ਼ ਹੋ ਜਾਏ ਉਹਨੂੰ ਕਾਲੇ ਪਾਣੀ ਹੁੰਦਾ ਸੀ ਉਹ ਕਾਲੇ ਪਾਣੀ ਉੱਥੇ ਭੇਜੇ ਸੀ ਸਤਿਗੁਰੂ ਰਾਮ ਸਿੰਘ ਪਾਤਸ਼ਾਹ ਜਿਹੜਾ ਮੈਂ ਪਿੱਛੇ ਅਰਜ਼ ਕਰਦਾ ਸੀ ਨਾ ਲਾਰਡ ਮੇਓ ਦੀਆਂ ਘਟਨਾਵਾਂ ਲਿਖੀਆਂ ਇਤਿਹਾਸ ਦੇ ਵਿੱਚ ਉਹ ਉੱਥੇ ਛੱਡ ਦਿੱਤੀਆਂ ਉਹ ਲਾਰਡ ਮੇਓ ਨੂੰ ਉੱਥੇ ਇੰਡੇਵਾਨ ਮਾਰਿਆ ਸੀ ਬਹਾਬੀ ਪਠਾਨ ਨੇ ਜਿਸ ਵੇਲੇ ਸਤਿਗੁਰੂ ਰਾਮ ਸਿੰਘ ਪਾਤਸ਼ਾਹ ਕਿਲ੍ਹੇ ਦੇ ਵਿੱਚ ਹਨ ਅਲਾਹਾਬਾਦ ਦੇ ਵਿੱਚ ਔਰ ਇਹ ਕੈਦੀਆਂ ਦੀ ਦੇਖਭਾਲ ਕਰਨ ਦੇ ਵਾਸਤੇ ਇੰਡੇਵਾਨ ਗਿਆ ਜਹਾਜ਼ ਦੀਆਂ ਪੌੜੀਆਂ ਉਤਰਦਾ ਉਹ ਬਹਾਬੀ ਮੁਸਲਮਾਨ ਨੇ ਜਿਹੜੀ ਪੱਗ ਨਾਮਧਾਰੀਆਂ ਵਰਗੀ ਇਸ ਤਰ੍ਹਾਂ ਬਣੀ ਹੋਈ ਹੈ ਔਰ ਉਹ ਛੁਰਾ ਉਹਨੇ ਤਿਆਰ ਕਰ ਰੱਖਿਆ ਔਰ ਐਸਾ ਉਹਨੇ ਤਾਕ ਕੇ ਵਾਰ ਕੀਤਾ ਪੌੜੀਆਂ ਉਤਰਦੇ ਤੇ ਇੱਕੋ ਹੀ ਵਾਰ ਕੀਤਾ ਉੱਥੇ ਢੇਰ ਹੋ ਗਿਆ ਕਹਿੰਦਾ ਬਸ ਮੈਂ ਹੁਣ ਆਪਣਾ ਕੰਮ ਕਰ ਲਿਆ ਹੁਣ ਤੁਸੀਂ ਜੋ ਮਰਜ਼ੀ ਕਰ ਲਓ ਉਹ ਵਾਇਸਰਾਏ ਹਿੰਦ ਸੀ ਲਾਰਡ ਮੇਓ ਉਸ ਨੂੰ ਉੱਥੇ ਖਤਮ ਕੀਤਾ ਮੇਰਾ ਕਹਿਣ ਦਾ ਭਾਵ ਉਹ ਕਾਬਲ ਵਾਲਿਆਂ ਨਾਲ ਸੰਧੀ ਕੀਤੀ ਸਤਿਗੁਰੂ ਰਾਮ ਸਿੰਘ ਜੀ ਨੇ ਉੱਥੇ ਬੈਠਿਆ ਫਿਰ ਬਾਬੇ ਬਿਸ਼ਨ ਸਿੰਘ ਨੂੰ ਭੇਜਿਆ ਰੂਸ ਵੱਲ
लिखिया हुक्मनामा दे के उन्होंने दिता कि तेनू हुक्म अकाल का चल लाहौर ला दे तू चल के हुक्मनामा लिखिया कि साढ़े ना मदद करो। हालांकि उदो अजे जार की हुकूमत थी अजे रूस भी सोवियत देश भी अजे स्वतंत्र नहीं हो सकया। सतगुरु राम सिंह पातशाह इनी आस सी उन्होंने पासों के गल गल दे नाल वचन करते होंगे सी भाई रूसा नू सदांगे रूस आउणगे खालसे की रक्षा वास्ते रूस जरूर आवणगे रूस ना आउणगे इथों ही पैदा कर देंगे। सतगुरु राम सिंह पातशाह दे वचन जिहड़े ओह अटल किस तरह होए सन 1955 दे विच जिस वेले खरुश्चो और मिस्टर बुलगानन ये दोनों साडे देश दा पहला सैर करन दे वास्ते आए सतगुरु प्रताप सिंह पातशाह जी ने उन्होंने नाल मुलाकात की दिल्ली और उन्होंने गल दे विच सफेद ऊन दीआं माला पहनाईआं ते सतगुरां दे वचन इदां ही हन कि ओह साखी 100 साखी जिहड़ी अज तो कोई 100 साल तो 125 साल पहले लिख हो चुकी हुई है वह साढ़े कोल ढैणी साहब कहिंदे पए वह पढ़ते रहे वह तो की नहीं उन्हां जे समझ आई उत्थे लिखिया पहले सैर मुल्क का पावा रूस जिहड़ा वह पहले सैर करन देखण वास्ते आएगा ये दोनों मित्रता गठन दे वास्ते आए और इन्होंने फिर साढ़े मुल्क दे नाल संधि की। मैं इस चीज नूं खुश्क जिहा लहजे नूं मैं बहुता व्याख्यान नहीं करना चाहुंदा मगर यह मैं दसना चाहुंदा कि सतगुरु राम सिंह पातशाह दे जिहड़े हुक्म सी कि भाई रूस साडी रक्षा वास्ते आएगा जे रूस रक्षा वास्ते ना आउंदा अज नूं हिंदुस्तान खत्म हो जाता। जिन्ना घरूघारा हिंदुस्तान ते वरत्या सी जो पालसी अमरीका दी और अंग्रेज दी सी उस पालसी नाल अज साडा हिंदुस्तान खत्म होया हुंदा ओ सतगुरु राम सिंह दे वचन जिहड़े सी भाई रूस साडी रक्षा वास्ते आउणगे साडी सहायता वास्ते आउणगे उन्हां ने साडे नाल संधि आप कह के कीती फौजी संधि कीती कि थोड़े ते हमला होवे तां असीं अपने ते समझांगे ते जे थोड़े ते होवे तां साडे ते तुसीं साडे ते होवे तुसीं अपना समझणा नहीं फौजी मुआहदा कर लिया। और बंगलादेश की लड़ाई तो पहले वह कई घलूघारे जिहड़े सी ओह रूस की कृपा दे नाल ओह बचे अनेक ही कारखाने ला के बिल्कुल सस्ती दर से दिते और इवजाना जिहड़ा सी ओह कच्चे माल दे विच जिहड़ी फालतू चीज लई सी। सतगुरु प्रताप सिंह सच्चे पातशाह जद भी किते वचन करते हैं उदों वचन इउं ही करते हैं कि सतगुरु राम सिंह जी जिथे हैं उत्थे तां आम सधारण लोगों दी 150-150 साल की उम्र जिहड़ा सतगुरां दे वचनां वल ध्यान देखो मेरे वचनां च इह ना मेरियां अरदां च इह ना महसूस कर लियो कि खरिया इह कम्यूनिस्टां दीआं गल्लां करन डिया आ। मैं सतगुरु प्रताप सिंह दीआं सतगुरु राम सिंह दीआं साखियां जिहड़ियां जिन्हां इनवेन उन्हां दे उत्ते अर्ज करदा सतगुरु राम सिंह दा जिहड़ा हुक्म सी कि राम सिंह उच नीचन धरै अवनी एक रसौदी करे वह पता नहीं सतगुरु ने किहदे हत्थीं उह हुक्म वरतौणा ते सतगुरु पातशाह वचन कर दे कि सतगुरु इस वेले रूस दे विच हन उत्थे जिथे सधारण लोगों की उम्र इस वेले 140 साल की। मेरा कहन दा भाव जिस वेले सतगुरां ने बाबे बिशन सिंह नूं काबल भेजिया काबल तो बाहर से रूस गया रूस नूं जाके उन्हां सतगुरां दा हुक्मनामा दिता उत्थों चिट्ठी लियांदी मगर वह कोई तसली बख्श ना आई अंग्रेज की अख दे विच तिण रड़ गया कहिंदे भी है उन्हां दे लफ़ज़ हन रिकॉर्ड दे विच भई इन्हें एक तखान दे घर एक गुमनाम पिंड दे विच जन्म लैके पता नहीं इन्हें की कीता कि दुनिया जिन्हें बड़े-बड़े मुल्कां दे नाल इन्हें घर बैठे ने संधि कीती ते अंग्रेज नूं इन्ना तौखला ते और नज़रबंदी दीआं करड़ाइयां बहुत तेज करी जांदे हन। 4 साल दे इतिहास दा बहुता करके विशेष करके पता नहीं लगदा क्योंकि उस वेले सच्चे पातशाह नज़रबंदी दी हालत च रहे ते जिहड़ा इतिहास सी उह बाबे संतोख सिंह ने लिखिया संत संतोख सिंह जी ने लिखिया जिहड़ा नाम सतगुरु बिलास है ग्रंथ साहब जी का वह पुस्तक है वह अनछपिया है वह अजे भैणी साहब ओदे ओदी कथा सतगुरां दे हजूर हुंदी है। पहलियां च अंग्रेज दे टाइम ओदी कथा इस तरह लोके हुंदी सी कि पहरे लग जांदे सी कोठी सतगुरु जी ओदा ओदी कथा करदे जिहड़े इतवारी बंदे चंद उंगलियां ते गिणन वाले 10-15 शरीर उन्हां ने बैठना ते फिर उस दी कथा होनी ते एक वार दा मैनू कौतक याद है सन 45 दा वाकया लाहौर सच्चे पातशाह दी बख्शिश नाल संतां प्रीतम सोहना दा जथा असीं सारे उत्थे रहिंदे सी ते बसंत दा मेला करके सच्चे पातशाह ने हुक्म कीता कि चलो भाई नितनेम करिए सतगुर इस तरह नहीं सी कि प्रयोग जिहड़े आहा साल बाद आउंदे इसे महीने च प्रयोग करदे सी जदों मौज मेला बनना उदों कोई ना कोई प्रयोग आरंभ देना उधर पाठ शुरू करा देने अखंड ते सच्चे पातशाह ने आप प्रयोग आरंभ देने ते मैं उदों बचपन सी ते मैनू कहण लगे चल तैनू भैणी साहब चलीए नितनेम करिए मैं घरदिआं तों उदों बागी होया सी विआह नहीं सी कराउंदा ते मैं नठिया सी घरदिआं तों मैं भैणी साहब चला गया जिस वेले सच्चे पातशाह पहले दिन कथा कीती
ਤੇ ਮੈਂ ਕਥਾ ਚ ਨਾ ਗਿਆ ਪਹਿਰਿਆਂ ਨੂੰ ਦੇਖ ਕੇ ਤੇ ਸੱਚੇ ਪਾਤਸ਼ਾਹ ਜੀ ਨੇ ਰਤਨ ਸੋਹਣਾ ਨੂੰ ਪੁੱਛਿਆ ਕਹਿੰਦੇ ਦਿਆਲ ਨੂੰ ਲਾਹੌਰੋਂ ਲਿਆਏ ਸੀ ਤੇ ਉਹ ਕਥਾ ਦੇ ਵਿੱਚ ਦੇਖਿਆ ਨਹੀਂ ਤੇ ਮੈਂ ਸੰਤਾਂ ਨੂੰ ਅਰਜ਼ੀ ਕਰ ਦਿੱਤੀ ਸੀ ਮੈਂ ਕਿਹਾ ਸੰਤ ਜੀ ਭਾਈ ਮੇਰਾ ਦਿਲ ਬੜਾ ਕਰਦਾ ਸੀ ਕਥਾ ਸੁਣਨ ਨੂੰ ਪਰ ਮੈਂ ਡਰਦਾ ਨਹੀਂ ਗਿਆ ਭਾਈ ਸੱਚੇ ਪਾਤਸ਼ਾਹ ਜੀ ਨੇ ਪਹਿਰੇ ਲਵਾਏ ਹੋਏ ਤੇ ਤਾਂ ਹੀ ਸੱਚੇ ਪਾਤਸ਼ਾਹ ਆ ਗਏ ਤੇ ਕਹਿੰਦੇ ਦਿਆਲ ਜਲ ਲਿਆ ਚੀਤਾ ਛੱਡਿਆ ਜੀ ਜਲ ਲੈ ਕੇ ਗਿਆ ਤੇ ਪਰੇ ਖੇਤਾਂ ਜਾ ਕੇ ਕਹਿੰਦੇ ਵੀ ਜੇ ਤੈਨੂੰ ਪਹਿਰਿਆਂ ਦਾ ਡਰ ਸੀ ਤੇ ਤੈਨੂੰ ਲਾਹੌਰੋਂ ਕਾਹਨੂੰ ਲਿਆਉਣਾ ਸੀ ਤੇ ਮੇਰੇ ਸਮਝੋ ਜਿਹੜੇ ਮਨੋਰਥ ਪੂਰੇ ਹੋ ਗਏ ਮੈਂ ਫਿਰ ਸੱਚੇ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਉਦੋਂ ਉਹਦੀ ਕਥਾ ਸੁਣਦੇ ਰਹੇ ਉਦੋਂ ਹੀ ਮੇਰੇ ਤੇ ਕਿਰਪਾ ਹੋਈ ਮਾਲਾ ਬਣਾਉਣ ਦੀ ਜਾਚ ਮੈਨੂੰ ਉੱਥੇ ਉਸ ਕਥਾ ਦੇ ਵਿੱਚ ਸੰਤ ਫੌਜਾ ਸੋਹਣਾ ਨੇ ਦੱਸੀ ਤੇ ਸਤਿਗੁਰੂ ਜੀ ਉਹਦੀ ਕਥਾ ਕਰਦੇ ਆਪ ਸਤਿਗੁਰੂ ਪ੍ਰਤਾਪ ਸਿੰਘ ਜੀ ਉਹਦੇ ਵਿੱਚ ਕਿੰਨੇ ਕੌਤਕ ਹਨ ਸਤਿਗੁਰੂ ਰਾਮ ਸਿੰਘ ਜੀ ਦੇ ਉਹ ਜ਼ਬਾਨੀ ਵਰਣਨ ਨਹੀਂ ਕੀਤੇ ਜਾ ਸਕਦੇ ਗ੍ਰੰਥ ਸਾਹਿਬ ਜੀ ਦਾ ਉਹ ਪੁਸਤਕ ਹੈ ਪਤਾ ਨਹੀਂ ਸਤਿਗੁਰ ਕਦੋਂ ਕਿਰਪਾ ਕਰਨਗੇ ਕਦੋਂ ਉਹ ਛਪੇਗਾ ਤੇ ਫਿਰ ਦੁਨੀਆਂ ਦੇ ਸਾਹਮਣੇ ਉਹ ਇਤਿਹਾਸ ਆਏਗਾ ਚਾਰ ਸਾਲ ਸਤਿਗੁਰੂ ਜੀ ਨਜ਼ਰਬੰਦੀ ਦੀ ਹਾਲਤ ਦੇ ਵਿੱਚ ਰਹੇ ਹਨ ਤੇ ਇਸ ਤਰ੍ਹਾਂ ਸੰਧੀਆਂ ਬੈਠਿਆਂ ਨੇ ਬਾਹਰਲਿਆਂ ਮੁਲਕਾਂ ਨਾਲ ਜੋੜ ਲਈਆਂ ਕਿ ਅਸੀਂ ਜਦੋਂ ਵੀ ਇਹ ਕੁਛ ਕੰਮ ਕਰੀਏ ਉਦੋਂ ਤੁਸੀਂ ਸਾਡਾ ਸਾਥ ਦਿਓ ਮੇਰੀ ਝੂਠੀ ਮੂਠੀ ਸ਼ੱਕ ਨਹੀਂ ਸੀ ਪਈ ਅੰਗਰੇਜ਼ ਨੂੰ ਵੀ ਹਾਂ ਨਾਮਧਾਰੀ ਸਾਡਾ ਰਾਜ ਖੋਹਣ ਵਾਲੇ ਹਨ ਸਤਿਗੁਰੂ ਰਾਮ ਸਿੰਘ ਜੀ ਦਾ ਪ੍ਰੋਗਰਾਮ ਸੀ ਕਿ ਅਸੀਂ ਅੰਗਰੇਜ਼ ਨੂੰ ਇੱਥੋਂ ਕੱਢ ਦੇਣਾ ਜੇ ਕਿਤੇ ਉਸ ਵੇਲੇ ਸਾਡੀ ਜਨਤਾ ਭਾਰਤ ਵਰਸ਼ ਦੀ ਜਨਤਾ ਜੇ ਸਾਡਾ ਉਸ ਵੇਲੇ ਸਤਿਗੁਰੂ ਰਾਮ ਸਿੰਘ ਦਾ ਸਾਥ ਦੇ ਦਿੰਦੀ ਤੇ ਇਹਨਾਂ ਚ ਲੰਬਾ ਘੱਲੂਘਾਰਾ ਨਾ ਝੱਲਣਾ ਪੈਂਦਾ ਮਗਰ ਫਿਰ ਸਤਿਗੁਰੂ ਰਾਮ ਸਿੰਘ ਪਾਤਸ਼ਾਹ ਜੀ ਦੇ ਮਿਸ਼ਨ ਦੇ ਉੱਤੇ ਚੱਲ ਗਈ ਉਹ ਮੁਲਕ ਆਜ਼ਾਦ ਹੋਇਆ ਹੁਣ ਮੇਰਾ ਖਿਆਲ ਹੈ ਕਿ ਵਰਨੀ ਪੂਰੀ ਹੋ ਗਈ ਤੇ ਹੁਣ ਮੈਂ ਅੱਗੇ ਸਤਿਗੁਰੂ ਜੀ ਸੱਚੇ ਪਾਤਸ਼ਾਹ ਹੁਣ ਅਨੰਦਪੁਰ ਦੇ ਹੋਦੇ ਤੇ ਜਾਣਗੇ ਤੇ ਮੈਂ ਫਿਰ ਉਹ ਅਗਲੇ ਦੀਵਾਨ ਦੇ ਵਿੱਚ ਉਹ ਅਰਜ਼ ਕਰਾਂਗਾ ਸਤਿਗੁਰੂ ਰਾਮ ਸਿੰਘ ਪਾਤਸ਼ਾਹ ਜੀ ਦੇ ਕੌਂਤਕ ਕਿੰਨੇ ਹਨ ਬੇਅੰਤ ਹਨ ਉਹਨਾਂ ਦਾ ਮੈਂ ਕੀ ਪਾਰਾਵਾਰ ਪਾ ਸਕਦਾ ਜਿਸ ਤਰ੍ਹਾਂ ਸ਼ਬਦ ਦੀਆਂ ਪੰਕਤੀਆਂ ਹੁਣ ਪੜ੍ਹੀਏ ਬੇਅੰਤ ਤੇਰੀ ਸਭ ਤੇਰੋ ਖੇਲ ਦਿਖਾਓ ਸਾਧਨ ਕਾ ਸੰਗ ਸਾਧ ਸਿਓ ਪੋਸ਼ਣ ਹਰ ਸਾਧਨ ਸਿਓ ਲਿਵਲਾਓ ਜਨ ਜਨ ਨਾਨਕ ਪਾਇਆ ਹਰ ਗੁਰਮਤ ਹਰ ਗੰਦਾ ਦੇ ਹਰ ਦਰਸ਼ਨ ਮੀਤ ਜਤਾਈ ਕਿਉਂ ਅਲ ਕਮਲਾ ਬਿਨ ਰਹਿਣ ਸਕੇ ਤੈਸੇ ਮੋਇ ਹਰ ਬਿਨ ਰਹਿਣ ਨ ਜਾਈ ਕਰੋ ਕਿਰਪਾ ਜਗਦੀਸ਼ਰ ਪਿਆਰੇ ਕੋਈ ਸਰਦਾ ਪੂਰ ਹਰ ਗੁਸਾਈ ਜਨ ਨਾਨਕ ਕੇ ਮਨ ਅਨੰਦ ਹੋਤ ਹੈ ਹਰ ਦਰਸ਼ਨ ਨਿਮਖ ਦਿਖਾਈ ਲੈ ਹੋ ਦਰ ਸਾ
आगाद बोध है मैं तुच्छ बुद्धि वाला जीव अल्पा की अर्जा कर सकता हाँ बहुत भुला कीतियां होंगे सात संग दास संग सकती।